ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ। ਵਾਕੇ ਪਟਾਕੇ ਪੈਣੇ ਅੱਜ ਇਹਨਾਂ ਖੇਡ ਮੈਦਾਨਾਂ ਦੇ ਵਿੱਚ। ਪੰਜਾਬ ਦੀਆਂ ਸ਼੍ਰੀਆਂ ਦੇ ਬੱਬਰ ਸ਼ੇਰ ਪੁੱਤਾਂ ਦੀਆਂ ਝਾਟਾਂ, ਦਲੇਰ ਪੁੱਤਾਂ ਦੀਆਂ ਝਾਟਾਂ ਔਰ ਲੱਗੀਆਂ ਰੌਣਕਾਂ ਮਹਾਰਾਜ ਮੋਗੇ ਦੀ ਧਰਤੀ ਤੇ। ਲਓ ਪੱਟੀ ਇਹ ਖੁੱਚ ਕਿ ਬੜੀ ਔਖੀ ਹੈ ਕਬੱਡੀ ਵਿੱਚ ਖੁੱਚ ਪੱਟਣੀ। ਨਾਲੇ ਲੋਰੀ ਧਾਕ ਮਿੱਤਰੋ, ਮਿਹਨਤਾਂ ਦੇ ਨਾਲ ਸਭ ਲੱਗਦੇ ਮਿਹਨਤਾਂ ਦੇ ਨਾਲ ਸਭ ਲੱਗ। ਚਾਰ ਜਾਫੀ ਇਸ ਸਮੇਂ ਖੋਸਾ ਕੋਟਲਾ ਪਿੰਡ ਹੈ, ਨੌਜਵਾਨ ਕਬੱਡੀ ਖਿਡਾਰੀਆਂ ਦਾ। ਲਓ ਬੋਲਿਆ ਧਾਵਾ, ਲਓ ਦੇਖਦੇ ਵੀ ਫੜਦਾ ਕਿੱਟਾ। ਪਰ ਪੁਆਇੰਟ ਮਹਿਣੇ ਪਿੰਡ ਦਾ ਜਸਵੀਰ ਇਸ ਸਮੇਂ ਫੈਸਲਾ ਕਰਦਾ ਹੈ ਵੀ ਪੁਆਇੰਟ ਜਿਹੜਾ ਧਾਵੀ ਦਾ ਹੈ। ਲਓ ਦੂਸਰੇ ਪਾਸੇ ਆਲਮ ਵਾਲੇ ਪਿੰਡ ਦਾ ਜਬੇਰ ਕਹਿੰਦੇ ਵੀ ਲੰਬਾ ਸਮਾਂ ਕਬੱਡੀ ਖੇਡੀ ਹੈ, ਵੱਡੇ ਤਜਰਬੇ ਨੇ। ਇੱਕ ਪਾਸੇ ਗੱਭਰੂ ਕਬੱਡੀ ਪਾਉਂਦਾ ਹੋਇਆ ਜੱਸਾ ਖੋਸੇ ਕੋਟਲੇ ਪਿੰਡ ਦਾ। ਲਓ ਚਿੱਟੇ ਰੰਗ ਦੀ ਨਿੱਕਰ ਹੈ, ਪਰ ਦੂਸਰੇ ਪਾਸੇ ਵੇਖਦੇ ਵੀ ਨੌਜਵਾਨ ਲਾਲ ਰੰਗ ਕਹਿੰਦੇ ਖਤਰੇ ਦੀ ਨਿਸ਼ਾਨੀ ਹੈ। ਗੱਭਰੂ ਪੂਰੀ ਕੋਸ਼ਿਸ਼ ਕਰਦਾ ਹੈ ਪਰ ਪੁਆਇੰਟ ਇਸ ਸਮੇਂ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ। ਪੁਆਇੰਟ ਜਿਹੜਾ ਖੋਸੇ ਕੋਟਲੇ ਦੀ ਟੀਮ ਦਾ ਹੈ, ਚਾਲੀ ਜਵਾਨਾਂ ਭਾਵੀ ਕਬੱਡੀ ਇਸ ਸਮੇਂ ਪੈਟੀਆਂ ਹੋਈਆਂ ਕਬੱਡੀਆਂ ਨੇ। ਨੌਜਵਾਨ ਗੱਭਰੂ ਕਬੱਡੀ ਪਾ ਰਿਹਾ, ਦੇਖਦੇ ਇਸ ਸਮੇਂ ਭਾਈ ਵੀ ਕਬੱਡੀ ਹੈ ਨੌਜਵਾਨ ਗੱਭਰੂ ਦੀ ਕਿ ਸ਼ੀਸ਼ੇ ਮੂਹਰੇ ਹਿੱਕ ਨੂੰ ਹਰੇਕ ਤਣਦਾ ਤੇ ਦਾਰਾ ਸਿੰਘ ਘਰ ਚ ਹਰੇਕ ਬਣਦਾ। ਗਰਾਊਂਡ ਵਿੱਚ ਪੈਂਦਾ ਜਦੋਂ ਵਾਹ ਯੋਧਿਆ, ਲੈਂਦੇ ਨੇ ਬਗਾਨੇ ਪੁੱਤ ਢਾ ਯੋਧਿਆ। ਚਾਹੀਦੀ ਫੁਲਾਦ ਜਿਹੀ ਹੱਡੀ ਲੰਗੇ ਆਣੀਆਂ, ਸੌਖੀ ਨਹੀਂ ਉਹ ਖੇਡਣੀ। ਕਬੱਡੀ ਲੰਗੇ ਆਣੀਆਂ, ਸੌਖੀ ਨਹੀਂ ਉਹ ਖੇਡਣੀ। ਕਬੱਡੀ ਲੰਗੇ ਆਣੀਆਂ ਇੱਧਰ ਇਸੇ ਨਾਲ ਹੀ ਮੈਚ ਜਿਹੜਾ ਸਮਾਪਤ ਹੋ ਗਿਆ ਹੈ। ਚੱਲਦੇ ਹੋਏ ਮੈਚ ਦੇ ਵਿੱਚ ਮੁੱਕਣ ਵਾਲੇ ਦੇ ਜਿਹੜੇ ਪੁਆਇੰਟ ਹੈ ਦਰਸ਼ਕ ਵੀਰੋ, ਇਹ ਪੁਆਇੰਟ ਨੇ 14.5 ਪੁਆਇੰਟ ਮੁੱਕਣ ਵਾਲਾ ਹੈ, 14.5 ਪੁਆਇੰਟ ਮੁੱਕਣ ਵਾਲਾ। ਔਰ ਖੋਸੇ ਕੋਟਲੇ ਦੇ ਪੁਆਇੰਟ ਜਿਹੜੇ 20 ਪੁਆਇੰਟ ਨੇ ਇਸ ਮੁਕਾਬਲੇ ਵਿੱਚੋਂ, ਇਸ ਮੈਚ ਦੇ ਵਿੱਚੋਂ ਖੋਸਾ ਕੋਟਲਾ ਜਿੱਤ ਗਿਆ ਜੀ। ਆਹ 100 ਰੁਪਇਆ ਜਾਫੀ ਦੇ ਲਈ ਹੋ ਰਿਹਾ ਭਗਤ ਰਾਮ ਐਂਡ ਕੰਪਨੀ ਵੱਲੋਂ, ਜਿਹੜਾ ਲਾਸਟ ਜਫਾ ਲਾਇਆ ਸੀਗਾ ਰਾਜੂ, 11,000 ਰੁਪਏ ਇਹਨਾਂ ਨੇ ਸਾਡੀ ਪ੍ਰਬੰਧਕ ਕਮੇਟੀ ਨੂੰ ਦਿੱਤਾ। ਸੋ ਧੰਨਵਾਦ ਇਹਨਾਂ ਵੀਰਾਂ ਦਾ, ਨਾਲ ਹੀ ਖਿਡਾਰੀਆਂ ਦਾ ਵੀ ਮਾਨ ਸਨਮਾਨ ਕਰਦੇ ਨੇ ਪਿਛਲੇ ਸਾਲ ਤੋਂ। ਸੋ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਬੈਕ ਓਵਰ ਟੂ ਗਰਾਊਂਡ। ਹੈਲੋ, ਆ ਬੇਨਤੀ ਪੱਖੇ ਚਲਾਉਣ ਵੀਰ ਜੀ, ਧਾਰੀਵਾਲ ਟੈਂਟ ਹਾਊਸ ਬੂਟਾ ਕਿੱਥੇ ਆ ਵੀਰ ਜੀ? ਪੱਖੇ ਚਾਲੂ ਕਰ ਦੇ, ਪਿਛਲੀ ਵਾਰੀ ਇਹੀ ਚੱਕਰ ਪੈ ਗਏ ਤੇ ਉਹੀ ਨਾ ਪੈ ਜੇ, ਪੇਮੈਂਟ ਮੁੜ ਕੇ ਘਟਣੀ ਸ਼ੁਰੂ ਹੋ ਜਾਣੀ ਹੈ। ਘੰਟਿਆਂ ਦੇ ਹਿਸਾਬ ਨਾਲ, ਮਿੰਟਾਂ ਦੇ ਹਿਸਾਬ ਨਾਲ ਪੈਸੇ ਉੱਡਣਗੇ।
ਇਸ ਤੋਂ ਅਗਲਾ ਮੈਚ ਕਾਲੇ ਕੇ ਵਰਸੀ ਘਾਲਕਲਾਂ, ਕਾਲੇ ਕੇ ਤੇ ਘਾਲਕਲਾਂ ਇਹਨਾਂ ਟੀਮਾਂ ਨੂੰ ਵੀ ਮੇਰੀ ਬੇਨਤੀ ਹੈ ਤਿਆਰੀਆਂ ਖਿੱਚ ਲਓ। ਕਾਲੇ ਕੇ ਤੇ ਘਾਲਕਲਾਂ, ਮੋਗਾ ਬੀ ਵਰਸੀ ਮਹਿਰੋਂ, ਅਕਾਲਸਰ ਮੋਗਾ ਵਰਸੀ ਡਾਲਾ, ਔਗੜ ਤੇ ਜੀਰਾ, ਖਾਈ ਤੇ ਤਲਵੰਡੀ, ਬਾਰੇ ਵਾਲਾ ਤੇ ਫਕਰ ਬਾਬਾ ਦਾਮੂ ਸ਼ਾਹ ਜੀ ਕਲੱਬ। ਸ਼ਾਮ ਨੂੰ ਕਰਾ ਲੈਣੇ।
ਹਾਂਜੀ ਕਬੱਡੀ 54 ਕਿਲੋ ਦੇ ਖਿਡਾਰੀ ਨੋਟ ਕਰਨਾ, ਫਾਈਨਲ ਅਸੀਂ ਕੱਲ੍ਹ ਨੂੰ ਕਰਾਵਾਂਗੇ ਠੀਕ 9 ਵਜੇ। ਉਹ ਟੀਮਾਂ ਜਾ ਸਕਦੀਆਂ ਅਤੇ 9 ਵਜੇ ਤੋਂ 5 ਮਿੰਟ ਵੀ ਲੇਟ ਹੋਈਆਂ ਤਾਂ ਦੋਨੋਂ ਟੀਮਾਂ ਸਕ੍ਰੈਚ ਗਈਆਂ ਨੇ। ਟਾਈਮ ਨੋਟ ਕਰ ਲਓ ਵੀ 9 ਵਜੇ ਠੀਕ ਅਸੀਂ ਮੈਚ ਜਿਹੜਾ ਸਟਾਰਟ ਕਰਾਂਗੇ। ਸਮੇਂ ਸਿਰ ਪਹੁੰਚਣ ਜਾਈਆਂ ਟੀਮਾਂ। ਲਓ ਜੀ ਇਸ ਸਮੇਂ ਮੈਚ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋ ਚੁੱਕਿਆ ਹੈ। ਤਲਵੰਡੀ ਭੰਗੇਰੀਆਂ ਦੀ ਟੀਮ ਜਿਹੜੀ ਇੱਧਰਲੇ ਪਾਸੇ ਆ ਗਈ ਹੈ ਸਟੇਜ ਵਾਲੇ ਪਾਸੇ, ਦੂਸਰੇ ਪਾਸੇ ਟੀਮ ਜਿਹੜੀ ਸੇਖੇ ਪਿੰਡ ਦੀ ਹੈ। ਲਓ ਇੱਧਰਲੇ ਬੰਨੇ ਵੇਖਦੇ ਵੀ ਗੀਤੂ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਗੱਭਰੂ ਕਬੱਡੀ ਪਾ ਰਿਹਾ ਹੈ। ਕਹਿੰਦੇ ਵੀ ਕੁਰੜ ਪਿੰਡ ਹੈ, ਸੰਦੀਪ ਦਾ ਪਿੰਡ ਹੈ। ਕਹਿੰਦੇ ਕੁਰੜ ਛਾਪੇ ਦੀ ਜਗਜੀਤ ਫੌਜੀ ਨੂੰ ਦੁਨੀਆ ਜਾਣਦੀ ਹੈ ਤੇ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਚੱਲ ਵੀ ਨੌਜਵਾਨ ਭਾ ਵੀ ਕਬੱਡੀ ਤਲਵੰਡੀ ਭੰਗੇਰੀਆਂ ਪਿੰਡ ਦਾ ਰਾਜੂ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਕਬੱਡੀ ਪਾਉਣ ਦੇ ਲਈ ਵਾਧ ਚੁੱਕਿਆ ਹੈ। ਤੇ ਦੂਸਰੇ ਪਾਸੇ ਜਾਫੀ ਕਹਿੰਦੇ ਵੀ ਸੇਖੇ ਪਿੰਡ ਦਾ ਮੋਟਰ ਮਿੱਤਰਾਂ ਦੀ, ਚੱਲ ਬਰਨਾਲੇ ਚੱਲੀਏ ਮੋਟਰ ਮਿੱਤਰਾਂ ਦੀ। ਸੇਖਾ ਪਿੰਡ ਕਹਿੰਦੇ ਜਿਹੜੇ ਬਰਨਾਲੇ ਦਾ ਪਿੰਡ ਹੈ ਤੇ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਸੇਖੇ ਵਾਲਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਚੱਲ ਵੀ ਨੌਜਵਾਨ ਭਾ ਵੀ ਕਬੱਡੀ, ਆਹ ਵੀ ਨੌਜਵਾਨ ਕਹਿੰਦੇ ਵੀ ਪ੍ਰਸਿੱਧ ਖਿਡਾਰੀਆਂ ਦਾ ਪੇਂਡੂ ਹੈ, ਹਮੀਦੀ ਪਿੰਡ ਹੈ ਨੌਜਵਾਨ ਕਬੱਡੀ ਖਿਡਾਰੀ ਦਾ। ਸੇਵਕ ਸਿੰਘ ਇਸ ਸਮੇਂ ਖੇਡ ਮੈਦਾਨ ਦੇ ਵਿੱਚ ਵੱਧ ਚੁੱਕਿਆ ਕਬੱਡੀ ਪਾਉਣ ਦੇ ਲਈ। ਕਾਲੇ ਦਾ ਪਿੰਡ ਹੈ ਹਮੀਦੀ, ਇਧਰੇ ਬਣੇ ਵੇਖਦੇ ਹੈ ਜੀ ਸਾਹਮਣੇ ਸੇਵਕ ਪੁਆਇੰਟ ਜਿਹੜਾ ਸੇਖੇ ਦੀ ਟੀਮ ਦੇ ਲਈ ਜੋੜਦਾ ਹੋਇਆ। ਲਓ ਅਗਲੀ ਕਬੱਡੀ ਰਾਜੂ ਦੀ ਹੈ, ਨਾਲ ਹੀ ਕਲਕਲਾਂ ਤੇ ਕਾਲੇ ਕੇ। ਇਸ ਤੋਂ ਅਗਲਾ ਮੈਚ ਜਿਹੜਾ ਇਹ ਵੀ ਮੈਚ ਬੜਾ ਤਕੜਾ ਖੇਡਿਆ ਜਾਣਾ ਹੈ। ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਇਸ ਤੋਂ ਅਗਲੇ ਮੈਚ ਤੋਂ ਬਾਅਦ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਪੁੱਜਣਗੀਆਂ। ਲਓ ਰਾਜੂ ਇਸ ਸਮੇਂ ਨੌਜਵਾਨ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਕਿ ਮਿਹਨਤਾਂ ਤੋਂ ਬਿਨਾਂ ਕੋਈ ਮਹਾਨ ਹੁੰਦਾ ਨਹੀਂ, ਗੁਰੂ ਬਿਨਾਂ ਯੋਧਿਆ ਗਿਆਨ ਹੁੰਦਾ ਨਹੀਂ। ਅੱਜ ਨਾ ਬਣੇ ਤੇ ਫਿਰ ਕੱਲ ਨਾ ਬਣੇ, ਤਾਪੇ ਸਿੱਖੇ ਬਿਨਾਂ ਗੱਲ ਨਾ ਬਣੇ। ਲਓ ਦੇਖਦੇ ਵੀ ਕੁਰੜ ਪਿੰਡ ਹੈ ਨੌਜਵਾਨ ਖਿਡਾਰੀ ਦਾ ਇਸ ਸਮੇਂ ਕਬੱਡੀ ਪਾ ਰਿਹਾ ਹੈ। ਔਰ ਦੂਸਰੇ ਪਾਸੇ ਮਹਿਣੇ ਵਾਲਾ ਫੈਸਲਾ ਕਰਦਾ ਹੈ ਵੀ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਜਵਾਨਾ ਭਾ ਵੀ ਕਬੱਡੀ, ਇੱਧਰਲੇ ਬੰਨੇ ਅਗਲੀ ਕਬੱਡੀ ਨੌਜਵਾਨ ਗੱਭਰੂ ਦੀ ਖੇਡ ਮੈਦਾਨ ਦੇ ਵਿੱਚ ਹੈ। ਲਓ ਇਸ ਸਮੇਂ ਰਾਜੂ ਲਾਲ ਰੰਗ ਦੀ ਨਿੱਕਰ ਦੇ ਵਿੱਚ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਹੈ। ਔਰ ਦੇਖਦੇ ਹਾਂ ਵੀ ਸਾਹਮਣੇ ਕੀਤੀ ਕੋਸ਼ਿਸ਼ ਗੱਭਰੂ ਸੇਖੇ ਪਿੰਡ ਦਾ, ਗੁੱਦਵਾ ਸਰੀਰ ਹੈ। ਦੇਖਦੇ ਹਾਂ ਕਿ ਲਾ ਕੇ ਯਾਰ ਉਹ ਮਿਹਨਤ ਸੋਹਣੇ ਸਰੀਰ ਕਮਾਏ ਨੇ ਵਿੱਚ ਗਰਾਊਂਡ ਦੇ ਖੇਡਣ ਗੱਭਰੂ ਕੌਡੀ ਆਏ ਨੇ। ਗੱਲ ਕਰਨੀ ਹੈ ਪੈਂਦੀ ਇਹਨਾਂ ਹਾਜ਼ਰ ਜਵਾਬੀਆਂ ਦੀ, ਤੂੰ ਖੜ ਕੇ ਦੇਖ ਜਵਾਨਾ ਕੌਡੀ ਖੇਡ ਪੰਜਾਬੀਆਂ ਦੀ, ਖੜ ਕੇ ਦੇਖ ਜਵਾਨਾ ਪੈਂਦੀ ਰੇਡ ਪੰਜਾਬੀਆਂ ਦੀ। ਸੇਵਕ ਇੱਕ ਕਹਿੰਦੇ ਤਰੀਕਿਆਂ ਦਾ ਪ੍ਰਸਿੱਧ ਹੈ। ਲਓ ਦੇਖਦੇ ਵੀ ਕਦੇ ਸੇਵਕ ਸਰਾਵਾਂ ਦਾ, ਕਦੇ ਸ਼ੇਰਪੁਰੇ ਦਾ, ਇੱਧਰਲੇ ਬਣੇ ਨੌਜਵਾਨ ਸੇਵਕ ਹਮੀਦੀ ਪਿੰਡ ਦਾ ਵੱਧ ਕੇ ਕਬੱਡੀ ਪਾਉਂਦਾ ਹੋਇਆ। ਦੂਸਰੇ ਪਾਸੇ 3 ਜਾਫੀਆਂ ਦੇ ਵਿੱਚੋਂ ਲਓ ਇੱਕ ਪਾਸੇ ਨੌਜਵਾਨ ਤਲਵੰਡੀ ਭੰਗੇਰੀਆਂ ਪਿੰਡ ਹੈ ਨੌਜਵਾਨ ਕਬੱਡੀ ਖਿਡਾਰੀ ਦਾ, ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ। ਚੱਲ ਵੀ ਜਵਾਨਾ ਭਾ ਵੀ ਕਬੱਡੀ, ਅਗਲਾ ਮੈਚ ਢਲਕਲਾਂ ਵਰਸਿਜ ਕਾਲੇ ਕੇ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਇਹ ਵੀ ਮੈਚ ਬੜਾ ਤਕੜਾ ਹੋਵੇਗਾ ਕਿਉਂਕਿ ਦੋਨੋਂ ਟੀਮਾਂ ਆਪਣੇ ਏਰੀਏ ਦੀਆਂ ਟੌਪ ਦੀਆਂ ਟੀਮਾਂ ਹੈ। ਇਧਰਲੇ ਬੰਨੇ ਪੈਂਦੀ ਰੇਡ ਹੈ ਨੌਜਵਾਨ ਗੱਭਰੂ ਇਸ ਸਮੇਂ ਦੇਖਦੇ ਵੀ ਸਾਹਮਣੇ ਹੋ ਕੇ ਡੱਕਣ ਦੀ ਕੋਸ਼ਿਸ਼ ਕਰਦਾ ਹੈ ਤੇ ਹੰਦੇ ਬਿਲਕੁਲ ਨੇੜੇ ਹੈ। ਲਓ ਇਧਰਲੇ ਬੰਨੇ ਵੇਖਦੇ ਹੈ ਵੀ ਇੱਥੇ ਨੀ ਗੱਲ ਢੁੱਕਦੀ ਕੋਈ ਗੋਰੇ ਕਾਲੇ ਤੇ ਪੁੱਤ ਬਗਾਨਾ ਲੈ ਜਾਂਦਾ ਹੈ ਖਿੱਚ ਕੇ ਪਾਲੇ ਤੇ। ਪੁਆਇੰਟ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ, ਇੰਨਾ ਕੁ ਤਾਂ ਭਲਵਾਨ ਚੱਲਦਾ, ਕੋਈ ਗੱਲ ਨੀ ਨਾਨਕੀ ਨੀ ਆਏ।
ਇੰਨਾ ਕੁ ਜਾਇਜ਼ ਆ, ਕੁਛ ਨੀ ਹੁੰਦਾ, ਮਾੜਾ ਜਿਹਾ ਤਾਂ ਚੱਲਣਾ ਵੀ ਚਾਹੀਦਾ। ਚੱਲ ਵੀ ਜਵਾਨਾ ਪਾ ਵੀ ਕਬੱਡੀ। ਇਧਰਲੇ ਬਣੇ ਗੀਤੂ ਦੇਖਦੇ ਆ, ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ, ਕੁਰੜ ਪਿੰਡ ਹੈ, ਸੰਦੀਪ ਦਾ ਪਿੰਡ ਹੈ, ਕਹਿੰਦੇ ਸੋਹਣੇ ਬੋਲ ਬੋਲਦਾ ਹੈ ਔਰ ਗਾਇਕੀ ਤੇ ਗੀਤਕਾਰੀ ਦੇ ਵਿੱਚ ਵੀ ਪ੍ਰਸਿੱਧ ਹੈ। ਕਦੇ ਤੇਰੇ ਪਾਸਰ ਤੇ ਮੇਰਾ ਨਾਂ ਲਿਖਿਆ ਵੀ ਜਰਿਆ ਨਹੀਂ ਜਾਂਦਾ ਲੋਕਾਂ ਤੋਂ। ਪਰ ਇਧਰਲੇ ਬਣੇ ਪੁਆਇੰਟ ਜਿਹੜਾ ਨੌਜਵਾਨ ਧਾਬੀ ਦੇ ਹਿੱਸੇ ਜੋੜਦਾ ਹੋਇਆ ਗੀਤੂ ਕੁਰੜ ਪਿੰਡ ਦਾ, ਕਦੇ ਪਾਸਰ ਦੀਆਂ ਗੱਲਾਂ, ਕਦੇ ਪਲਟੀਨੇ ਦੀਆਂ। ਲੋ ਇਧਰਲੇ ਬਣੇ ਪਾਈ ਸੀ ਕਬੱਡੀ ਰਾਜੂ ਦੀ। ਹਾਂਜੀ ਹੈਲੋ, ਆ ਜਿਹੜਾ ਪਿਛਲਾ ਜੱਫਾ ਲਗਾ ਸੀ ਦਿਲਬਾਗ, 100 ਰੁਪਇਆ ਵਿਨੇ ਕੁਮਾਰ ਜੀ ਵੱਲੋਂ ਜਾਫੀ ਦੇ ਲਈ ਹੈ, ਜਿਹੜਾ ਪਰਲੀ ਸਾਈਡ ਜੱਫਾ ਲਗਾ ਸੀ ਪਹਿਲਾਂ। ਠੀਕ ਹੈ ਜੀ, ਇੱਧਰ ਸੇਖੇ ਵਾਲੇ ਨੌਜਵਾਨ ਜਾਫੀ ਦੇ ਲਈ, ਰਣਦੀਪ ਦੇ ਲਈ 100 ਰੁਪਇਆ ਇੱਧਰ ਸਾਡੇ ਸਦਰਾਂ ਵੱਲੋਂ ਪੁੱਜ ਗਿਆ ਹੈ। ਮੈਚ ਤੋਂ ਬਾਅਦ ਸਟੇਜ ਤੋਂ ਆਪਣਾ ਇਨਾਮ ਪ੍ਰਾਪਤ ਕਰ ਲੈਣ ਖਿਡਾਰੀ ਵੀਰ। ਇੱਧਰ ਬਣੇ ਵੇਖਦੇ ਹੈ, ਪੈਂਦੀਆਂ ਹੋਈਆਂ ਕਬੱਡੀਆਂ, ਨੌਜਵਾਨ ਗੱਭਰੂ ਇੱਕ ਪਾਸੇ ਵੇਖਦੇ ਵੀ ਮੁੰਡਾ ਸੇਖੇ ਵਾਲਾ। ਵਾਹ ਨਹਿਰੀਸਾ, ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੈ। ਦੇਖਦੇ ਵੀ ਬਰਨਾਲੇ ਜਿਹੜੇ ਦਾ ਔਰ ਜਿਹੜੇ ਮੋਗੇ ਦੀਆਂ ਟੀਮਾਂ ਦਾ ਇਹ ਮੈਚ ਹੈ। ਇਧਰਲੇ ਬਣੇ ਭਾਈ ਕਬੱਡੀ ਨੌਜਵਾਨ ਰਾਜੂ ਦੀ ਹੈ ਖੇਡ ਮੈਦਾਨ ਦੇ ਅੰਦਰ ਇਸ ਸਮੇਂ ਨੌਜਵਾਨ ਝੁਕਿਆ ਹੋਇਆ ਹੈ ਕਬੱਡੀ ਪਾਉਣ ਦੀ ਵੀ। ਕੀ ਜੋਸ਼ ਹੋਸ਼ ਤਕਨੀਕ ਦੀ ਅੱਜ ਕੱਲ੍ਹ ਖੇਡ ਕਬੱਡੀ ਦੀ, ਤੇ ਨਿਰੇ ਜ਼ੋਰ ਵਾਲੇ ਨੂੰ ਜਾਂ ਫਿਰ ਢਾ ਹੀ ਜਾਂਦੇ ਨੇ। ਤੇਜ਼ ਨਿਗਾਹਾਂ ਵਰਗੀ ਹੁੰਦੀ ਜਿਹੜੇ ਰੇਡਰਾਂ ਦੀ, ਪਤਾ ਨਹੀਂ ਲੱਗਦਾ ਕਦੋਂ ਕਿਹਨੂੰ ਹੱਥ ਲਾ ਹੀ ਜਾਂਦੇ ਨੇ। ਤੇ ਰੱਬ ਵਾਂਗਰਾ ਗੇਬ ਪੂਜਦੇ ਜੋ ਜਦੀ ਲੰਗੋਟੇ ਦੇ ਉਹ ਖਿਡਾਰੀ ਯਾਰੋ ਨਾਮ ਕਮਾ ਹੀ ਜਾਂਦੇ ਨੇ। ਤੇ ਲੰਗੇ ਵਾਲੀਆਂ ਯੋਧਿਆ ਇੱਧਰ ਚਾਰ ਜਵਾਨੀ ਦੇ ਸਾਂਭ ਲੈਂਦੇ ਜੋ ਹਰ ਮੈਦਾਨੇ ਸ਼ਾਹੀ ਜਾਂਦੇ ਨੇ, ਸਾਂਭ ਲੈਂਦੇ ਜੋ ਹਰ ਮੈਦਾਨੇ ਸ਼ਾਹੀ ਜਾਂਦੇ ਨੇ। ਉਧਰ ਧੰਨਵਾਦ ਹੈ ਸਾਡੀ ਜ਼ਿੰਦਗੀ ਦੇ ਅਜੀਜ਼ ਮਿੱਤਰ ਹੈ ਸਾਡਾ ਵੀਰ ਤੇਜਪਾਲ ਤੇਜੀ, ਰਾਮੂ ਵਾਲਾ ਪਿੰਡ ਕਹਿੰਦੇ ਬਾਪੂ ਕਰਨੈਲ ਸਿੰਘ ਪਾਰਸ ਦਾ ਪਿੰਡ ਹੈ ਕਿ ਜਗ ਜੰਕਸ਼ਨ ਰੇਲਾਂ ਦਾ ਗੱਡੀ ਕਿਆ ਵਿਕ ਜਾਵੇ। ਵਿਸ਼ੇਸ਼ ਤੌਰ ਤੇ ਪ੍ਰਸਿੱਧ ਕਬੱਡੀ ਕੋਚ ਨੇ ਸਾਡੇ ਦਰਮਿਆਨ ਪੁੱਜੇ ਹੋਏ ਹੈ ਤੇਜਪਾਲ ਤੇਜੀ ਜੀ ਰਾਮੂ ਵਾਲਾ, ਔਰ ਮੁਬਾਰਕਬਾਦ ਹੈ ਅੱਜ ਦੀ ਕਬੱਡੀ ਟੂਰਨਾਮੈਂਟ ਦੀ। ਸਾਡੇ ਬੱਬੀ ਕਲੇਰ ਜੀ ਸਤਿਕਾਰਯੋਗ ਵੀਰ ਹੈ, ਜ਼ਿੰਦਗੀ ਦੇ ਅਜੀਜ਼ ਮਿੱਤਰਾਂ ਦੇ ਵਿੱਚੋਂ ਨੇ। ਔਰ ਇਧਰਲੇ ਬਣੇ ਵੇਖਦੇ ਹੈ ਵੀ ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਇਸ ਸਮੇਂ ਲਾਲ ਰੰਗ ਦੀ ਰੀਕਰ ਤਲਵੰਡੀ ਪੰਘੇਰੀਆਂ ਪਿੰਡ ਹੈ ਨੌਜਵਾਨ ਦਾ, ਕਹਿੰਦੇ ਦਸਾਂਝ ਤਲਵੰਡੀ ਵੀ ਲੋਕੀ ਆਖ ਦਿੰਦੇ ਹੈ। ਇਸ ਸਮੇਂ ਕਬੱਡੀ ਪਾਉਂਦਾ ਹੋਇਆ ਕਹਿੰਦੇ ਜਿੱਥੋਂ ਦਾ ਜੀਵਨ ਸੋਹਣੇ ਬੋਲ ਬੋਲਦਾ ਮਾਈਕ ਦੇ ਉੱਪਰ, ਕਹਿੰਦੇ ਵੀ ਕੱਲ੍ਹ ਨੂੰ ਅਮਨ ਲੰਘਿਆ ਨਹੀਂ ਹੈ ਵੱਲੋਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਵੀ ਦਿੱਤੇ ਜਾਣੇ ਹੈ। ਸਰ ਦਿਲਬਾਗ ਜੀ, ਸਟੇਜ ਦੀ ਕਾਰਵਾਈ ਆਪਾਂ ਕਰਾਂਗੇ, ਔਰ ਅੱਜ ਦਾ ਤੁਸੀਂ ਇਹ ਟੂਰਨਾਮੈਂਟ ਦੇਖਣ ਜਾ ਰਹੇ ਹੈ। ਸਵਰਗਵਾਸੀ ਸਰਦਾਰ ਨਛੱਤਰ ਸਿੰਘ ਜੀ SML ਜਿਹਨਾਂ ਦੀ ਸਾਡੇ ਇਸ ਇਲਾਕੇ ਨੂੰ ਬਹੁਤ, ਸਾਡੇ ਸ਼ਹਿਰ ਨੂੰ ਬਹੁਤ ਵੱਡੀ ਦੇਣ ਸੀ। ਨਛੱਤਰ ਸਿੰਘ ਜੀ ਗਿੱਲ ਸਾਹਿਬ SML ਮੋਗਾ, ਜਿਹਨਾਂ ਦੀ ਬਹੁਤ ਵੱਡੀ ਦੇਣ ਸੀਗੀ ਸਾਡੇ ਇਸ ਇਲਾਕੇ ਮੋਗਾ ਸ਼ਹਿਰ ਨੂੰ, ਸਾਡੇ ਸਾਰੇ ਇਲਾਕੇ ਨੂੰ। ਅਤੇ ਅੱਜ ਉਹਨਾਂ ਦੀ ਨਿੱਘੀ ਯਾਦ ਨੂੰ ਇਹ ਤਾਜ਼ਾ ਕਰਦਾ ਹੋਇਆ ਕਬੱਡੀ ਦਾ ਕੁੰਭ ਤੁਸੀਂ ਦੇਖ ਰਹੇ ਹੈ। ਔਰ ਨਾਲ ਹੀ ਜਥੇਦਾਰ ਮਨਕੀਤ ਸਿੰਘ ਜੀ, ਹਾਂਜੀ, ਔਰ ਉਹਨਾਂ ਦੇ ਸਪੁੱਤਰ ਸਵਰਗਵਾਸੀ ਪਰਮਜੀਤ ਸਿੰਘ ਗਿੱਲ ਸਾਹਿਬ, ਸਾਬਕਾ DGP, ਇਹਨਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਸ਼ਹਿਰ ਨੂੰ। ਔਰ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ 'ਚ ਬਹੁਤ ਵੱਡਾ ਨਾਂ ਇਸ ਪਰਿਵਾਰ ਦਾ। ਔਰ ਪਰਮਦੀਪ ਸਿੰਘ ਜੀ ਗਿੱਲ ਸਾਹਿਬ ਸਾਬਕਾ DGP, ਜਿਹਨਾਂ ਦੀ ਬਹੁਤ ਵੱਡੀ ਦੇਣ ਹੈ ਸਾਡੇ ਇਸ ਸ਼ਹਿਰ ਨੂੰ। ਔਰ ਨਾਲ ਹੀ ਡਾਕਟਰ ਨਿੱਕੀ ਗਿੱਲ ਜੀ,
ਫਿਰੋਜ ਜਨਰਲ ਹਸਪਤਾਲ ਔਰ ਜੋ 22 ਦਸੰਬਰ ਨੂੰ ਟੂਰਨਾਮੈਂਟ 22 ਨਵੰਬਰ ਨੂੰ ਇਸੇ ਹੀ ਮੈਦਾਨ ਵਿੱਚ ਟੂਰਨਾਮੈਂਟ ਇਹਨਾਂ ਵੱਲੋਂ ਸਪੈਸ਼ਲ ਤੌਰ 'ਤੇ ਕਰਵਾਇਆ ਜਾਵੇਗਾ। ਇਹਨਾਂ ਨੇ ਹਾਂਜੀ 22 ਨਵੰਬਰ ਨੂੰ ਡਾਕਟਰ ਨਿੱਕੀ ਗੱਲ ਜੀ ਇਸੇ ਹੀ ਗਰਾਊਂਡ 'ਤੇ ਟੂਰਨਾਮੈਂਟ ਕਰਾਉਣਗੇ। ਸੋ ਆਪਾਂ ਉਦੋਂ ਵੀ ਸਾਰਿਆਂ ਨੇ ਪੂਰਾ ਸਹਿਯੋਗ ਦੇਣਾ ਹੈ, ਇਸੇ ਤਰ੍ਹਾਂ ਆਪਾਂ ਜੁੜ ਮਿਲ ਕੇ ਸਾਰਿਆਂ ਨੇ ਮੇਲਾ ਕਰਾਉਣਾ ਹੈ। ਸੁਰੇਸ਼ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਔਰ ਸਰਦਾਰ ਰਾਜਦੀਪ ਜੀ ਗਿੱਲ, ਹਾਂ ਰਾਜਦੀਪ ਜੀ ਗਿੱਲ ਜਿਨ੍ਹਾਂ ਦੀ ਸਾਬਕਾ DGP, ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ ਸਾਡੇ ਨਾਲ। ਜਿੰਨੇ ਵੀ ਹੋਰ ਸਾਡੇ ਇਸ ਨਗਰ ਦੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਨੇ ਸਾਨੂੰ ਵੱਡਾ ਸਹਿਯੋਗ ਦਿੱਤਾ ਹੈ, ਦਵਿੰਦਰ ਰਣੀਆ ਜੀ ਹਾਜ਼ਰੀ ਲਾ ਗਏ ਸਾਡੇ ਕੋਲ, ਦਵਿੰਦਰ ਰਣੀਆ ਜੀ, ਚਾਹੇ ਗੱਲ ਹੋਵੇ ਪੰਜਾਬ ਦੀ ਸਿਆਸਤ ਦੀ ਗੱਲ, ਚਾਹੇ ਬਾਹਰਲੀ ਸਿਆਸਤ ਦੀ ਗੱਲ, ਪੰਜਾਬੀਆਂ ਦੇ ਹਰੇਕ ਥਾਂ ਝੰਡੇ ਗੱਡਣ ਵਾਲੀ ਗੱਲ ਹੈ, ਔਰ ਜਨਰਲ ਸਕੱਤਰ ਨੇ ਨਾਰਥ ਅਮਰੀਕਾ ਦੇ, ਔਰ ਉਹ ਵੀ ਸਾਡੇ ਕੋਲ ਹਾਜ਼ਰੀ ਲਾ ਗਏ ਨੇ। ਔਰ ਜੋੜਾ ਸਿੰਘ ਜੀ ਸੰਧੂਵਾਲਾ, ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਹੈ। ਆਹ ਸਾਂਝਾ ਜੀ ਮੈਂ ਤੁਹਾਡੀ ਗੱਲ, ਹਾਂ ਜੋੜਾ ਸਿੰਘ ਜੀ ਸੰਧੂਵਾਲਾ ਨਾਂ ਨਹੀਂ ਲਿਖਿਆ ਸੀ, ਇਹਨਾਂ ਨੇ ਬਹੁਤ ਵੱਡੀ ਸਜ਼ਾ 1500 ਰੁਪਇਆ ਸਾਡੀਆਂ ਇਹਨਾਂ ਖੇਡਾਂ ਨੂੰ ਦਿੱਤਾ ਹੈ। ਅਸੀਂ ਪਹਿਲਾਂ ਜ਼ਿਕਰ ਕੀਤਾ ਵੀ ਨਾਂ ਲਿਖਣਾ ਪ੍ਰੈਸ ਵਾਲੇ ਭੁੱਲ ਗਏ ਨੇ, ਔਰ ਨਾਲ ਹੀ ਦਰਸ਼ਨ ਸਿੰਘ ਜੀ, ਇਹਨਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਸਾਡੇ ਆਰਤੀ ਸਾਹਿਬ, ਇਹਨਾਂ ਨੇ 1500 ਰੁਪਇਆ ਸਾਡੀਆਂ ਇਹਨਾਂ ਖੇਡਾਂ ਨੂੰ ਟੂਰਨਾਮੈਂਟ ਦਿੱਤਾ ਹੈ, ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਔਰ ਨਾਲ ਮੇਰੀ ਬੇਨਤੀ ਵੀ ਆਪਾਂ ਸਨਮਾਨ ਚਿੰਨ੍ਹ ਜਿਹੜੇ 15-20 ਮਿੰਟਾਂ ਤੱਕ ਦੇਵਾਂਗੇ, ਜਿਨ੍ਹਾਂ ਨੇ ਸਾਨੂੰ 1500 ਤੋਂ ਲੈ ਕੇ ਥੱਲੇ ਜਿਹੜੀ 1100 ਤੱਕ ਦੀ ਰਾਸ਼ੀ ਦਿੱਤੀ ਹੈ, ਉਹਨਾਂ ਨੂੰ ਟੂਰਨਾਮੈਂਟ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦਿੱਤੇ ਜਾਣੇ ਆ, ਉਹ ਵੀ ਆ ਕੇ ਸਟੇਜ ਦੇ ਨੇੜੇ ਆਉਣੇ, ਇੱਕ ਪਰਿਵਾਰ ਦਾ ਮੈਂਬਰ ਆ। ਅਸੀਂ 1500 ਤੋਂ ਲੈ ਕੇ 1100 ਤੱਕ ਜਿਨ੍ਹਾਂ ਨੇ ਸਾਨੂੰ ਸਨਮਾਨ ਚਿੰਨ੍ਹ ਦਿੱਤੇ ਆ, ਅਸੀਂ ਉਹਨਾਂ ਸੱਜਾ ਨੂੰ ਸਨਮਾਨ ਚਿੰਨ੍ਹ ਦੇਣੇ, ਮੇਰੀ ਬੇਨਤੀ ਹੈ ਟੂਰਨਾਮੈਂਟ ਕਮੇਟੀ ਵੱਲੋਂ ਬੇਨਤੀ ਹੈ ਵੀ ਇੱਕ ਇੱਕ ਪਰਿਵਾਰ ਦਾ ਮੈਂਬਰ ਉਹ ਵੀ ਸਟੇਜ ਦੇ ਨੇੜੇ ਆ ਜਾਣਾ, ਕਿਉਂਕਿ ਕੱਲ੍ਹ ਨੂੰ ਕਬੱਡੀ ਓਪਨ ਦੇ ਮੈਚ ਹੋਣਗੇ, ਕੱਲ੍ਹ ਨੂੰ ਆਪਾਂ ਕਬੱਡੀ ਦੀ ਜਾਣਕਾਰੀ ਵੀ ਦੇਵਾਂਗੇ, ਕਿਉਂਕਿ ਲਾਈਵ ਚੱਲਣਾ ਹੈ, ਵਿਦੇਸ਼ਾਂ 'ਚ ਬੈਠੇ ਹੋਏ ਪ੍ਰਵਾਸੀ ਵੀ ਇਹਨੇ ਦੇਖਣਾ ਹੈ। ਇਸ ਕਰਕੇ ਆਪਾਂ 1100 ਜਿੰਨੇ ਸਨਮਾਨ ਨਾਲ 1500 ਤੋਂ ਲੈ ਕੇ 1100 ਤੱਕ ਅੱਜ ਸਾਰੇ ਤੇ ਜਾਣਗੇ, ਸਾਰੇ ਦਾਨੀ ਸੱਜਣ ਸਟੇਜ ਦੇ ਨੇੜੇ ਆ ਜਾਣਗੇ, 15 ਮਿੰਟਾਂ ਤੱਕ ਅਸੀਂ ਸਨਮਾਨ ਚਿੰਨ੍ਹ ਦੀ ਰਸਮ ਸ਼ੁਰੂ ਕਰਾਂਗੇ। ਮਿਹਰਬਾਨੀ, ਸ਼ੁਕਰੀਆ। ਹੈਲੋ, ਨਾਲ ਹੀ ਇਸ ਤੋਂ ਜਿਹੜਾ ਅਗਲਾ ਮੈਚ ਖੇਡਿਆ ਜਾਵੇਗਾ ਕਾਲੇ ਕੇ ਵਰਸੀ ਜੀ ਘਣ ਕਲਾ ਦੀ ਟੀਮਾਂ ਦੇ ਦਰਮਿਆਨ, ਲੋ ਇੱਕ ਪਾਸੇ ਵੇਖ ਰਹੇ ਵੀ ਮੁੰਡਾ ਕੁਰੜ ਪਿੰਡ ਦਾ, ਪਰ ਦੂਸਰੇ ਪਾਸੇ ਨੌਜਵਾਨ ਗੱਭਰੂ ਤਲਵੰਡੀ ਪੰਘੇਰੀਆ ਪਿੰਡ ਦਾ, ਲਓ ਸਾਹਮਣੇ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਧਾਵੀ ਕਹਿੰਦੇ ਸੇਖੇ ਦੀ ਟੀਮ ਦੇ ਹਿੱਸੇ ਪੁਆਇੰਟ ਜਿਹੜਾ ਜੋੜਦਾ ਹੋਇਆ, ਚੱਲ ਵੀ ਜਵਾਨਾ ਭਾਵੀ ਕਬੱਡੀ ਇਸ ਸਮੇਂ ਅਗਲੀ ਕਬੱਡੀ ਹੈ, ਗੱਭਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ ਇਸ ਸਮੇਂ 4 ਜਾਫੀਆਂ ਦੇ ਉੱਪਰ ਬੋਲਿਆ ਧਾਵਾ ਨੌਜਵਾਨ ਕਬੱਡੀ ਖਿਡਾਰੀ ਦਾ, ਦੇਖਦੇ ਵੀ ਬੋਲਿਆ ਹੋਇਆ ਧਾਵਾ ਹੈ, ਕੀ ਬਣਦਾ ਹੈ, ਕੀ ਜੁੜਦਾ ਗੱਭਰੂ ਰਹਿੰਦਾ ਜਾਂ ਫਿਰ ਮੁੜਦਾ ਹੈ। ਲਓ ਇਧਰਲੇ ਬੰਨੇ ਵੇਖਦੇ ਹਾਂ ਕਿ ਤੇਰੀ ਰਜਾ ਵਿੱਚ ਸਾਰੀ ਕਾਇਨਾਤ ਚੱਲਦੀ ਨਹੀਂ, ਜ਼ਿੰਦਗੀ ਭਰੋਸਾ ਯਾਰੋ ਇੱਕ ਪਲ ਦੀ, ਲਾਲ ਮਿਲਦੇ ਕਰੋੜੀ ਨਾਹੀਂ ਲੱਖੀ ਮਾਲਕਾ, ਨਿਗਾ ਮੇਹਰ ਦੀ ਗਰਾਉਂਡਾ ਉੱਤੇ ਰੱਖੀ ਮਾਲਕਾ, ਨਿਗਾ ਮੇਹਰ ਦੀ ਗਰਾਉਂਡਾ ਉੱਤੇ ਰੱਖੀ ਮਾਲਕਾ। ਲਓ ਇਧਰਲੇ ਬੰਨੇ ਵੇਖਦੇ ਵੀ ਪੈਂਦੀਆਂ ਕਬੱਡੀਆਂ, ਨੌਜਵਾਨ ਗੱਭਰੂ ਇਸ ਸਮੇਂ ਕਬੱਡੀ ਪਾ ਰਿਹਾ ਹੈ ਸੇਖਾ ਪਿੰਡ ਜਿਹੜੇ ਬਰਨਾਲੇ ਦਾ, ਪਰ ਦੂਸਰੇ ਪਾਸੇ ਵੇਖਦੇ ਵੀ ਤਲਵੰਡੀ ਪੰਘੇਰੀਏ ਪਿੰਡ ਹੈ ਨੌਜਵਾਨ ਜਾਫੀ ਦਾ, ਇਸ ਸਮੇਂ ਪੂਰੀ ਕੋਸ਼ਿਸ਼ ਕਰਦਾ ਹੈ, ਲਓ ਦੇਖਾਂਗੇ ਫੈਸਲਾ ਕੀ ਹੋਵੇਗਾ। ਇਧਰਲੇ ਬੰਨੇ ਨੌਜਵਾਨ ਜੱਫਾ ਲਾਉਂਦਾ ਹੋਇਆ
ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਜਵਾਨਾ ਪਾ ਵੀ ਕਬੱਡੀ ਇਸ ਸਮੇਂ ਅਗਲੀ ਕਬੱਡੀ ਪੈਂਦੀ ਹੈ। ਨੌਜਵਾਨ ਗੱਭਰੂ ਖੇਡ ਮੈਦਾਨ ਦੇ ਵਿੱਚ ਵੱਧ ਕੇ ਕਬੱਡੀ ਪਾਉਂਦਾ ਹੈ। ਲਓ ਦੇਖਦੇ ਹਾਂ ਵੀ ਨੌਜਵਾਨ ਦਾ ਇਸ ਸਮੇਂ ਬੋਲਿਆ ਹੋਇਆ ਧਾਵਾ, ਦੇਖਣਾ ਵੀ ਕੌਣ ਗੱਭਰੂ ਲਾਵੇਗਾ ਜੱਫਾ। ਇਸ ਸਮੇਂ ਖੇਡ ਮੈਦਾਨ ਦੇ ਵਿੱਚ ਪੈਂਦੀਆਂ ਕਬੱਡੀਆਂ। ਲਓ ਰਾਜੂ ਇਸ ਸਮੇਂ ਕਬੱਡੀ ਪਾ ਰਿਹਾ ਹੈ। ਨੌਜਵਾਨ ਗੱਭਰੂ ਨੂੰ ਕੀਤਾ ਹੋਇਆ ਹਲਕਾ ਜਿਹਾ ਟਾਚਾ ਹੈ ਤੇ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਹਾਂਜੀ, ਔਰ ਬੇਨਤੀ ਆ ਵੇਟ ਕਮੇਟੀ ਵਾਲੇ ਸਜਾ ਜਿਹਨਾਂ ਡਿਊਟੀ ਲੱਗੀ ਉੱਥੇ ਪਹੁੰਚ ਜਾਣ ਕਮਰੇ 'ਚ। ਵੇਟ ਕਮੇਟੀ ਵਾਲੇ ਕੁਛ ਖਿਡਾਰੀ ਉੱਥੇ ਖੜੇ ਆ ਤੇ ਉੱਥੇ ਹੈ ਨੀਗੇ, ਬੇਨਤੀ ਆ ਜੀ ਉੱਥੇ ਪਹੁੰਚਣਾ ਡਿਊਟੀ ਦੇ ਵੇਟ ਵਾਲੇ ਬੰਦੇ। ਲਓ ਇਧਰਲੇ ਬੰਨੇ ਵੇਖਦੇ ਵੀ ਜੀਤੂ ਕਹਿੰਦੇ ਕੁਰੜ ਪਿੰਡ ਹੈ ਨੌਜਵਾਨ ਗੱਭਰੂ ਦਾ ਇਸ ਸਮੇਂ। ਕਹਿੰਦੇ ਜਗਜੀਤ ਫੌਜੀ ਕੁਰੜ ਛਾਪੇ ਵਾਲਾ ਦੁਨੀਆਂ ਦਾ ਸੁਪਰ ਸਟਾਰ ਜਾਫੀ ਹੈ, ਪਰ ਇਸ ਸਮੇਂ ਗੀਤੂ ਦੇਖਦੇ ਵੀ ਪੁਆਇੰਟ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ। ਲਓ ਰਾਜੂ ਦੀ ਕਬੱਡੀ ਪੈਂਦੀ ਹੈ ਲੈ ਵੀ ਜੱਸੀ, ਦੇਖ ਨੌਜਵਾਨਾਂ ਇਧਰਲੇ ਬੜੇ ਪੈਂਦੀਆਂ ਹੋਈਆਂ ਕਬੱਡੀਆਂ ਨੇ। ਇਧਰਲੇ ਪਾਸੇ ਨੌਜਵਾਨ ਦਾ ਬੋਲਿਆ ਧਾਵਾ ਹੈ, ਦੇਖਣਾ ਵੀ ਸਾਹਮਣੇ ਹੁੰਦੀ ਹੋਈ ਟੱਕਰ ਹੈ ਕਿ ਵਿੱਚ ਮੈਦਾਨੇ ਟੱਕਰ ਹੁੰਦੀ ਬੱਬਰ ਸ਼ੇਰਾਂ ਦੀ। ਖੇਡ ਕਬੱਡੀ ਖੇਡ ਹੈ ਲੋਕੋ ਮਰਦ ਦਲੇਰਾਂ ਦੀ, ਤੇ ਖੇਡ ਕਬੱਡੀ ਖੇਡ ਹੈ ਲੋਕੋ ਮਰਦ ਦਲੇਰਾਂ ਦੀ, ਬੱਬਰ ਸ਼ੇਰਾਂ ਦੀ ਖੇਡ ਖੇਡੀ ਜਾ ਰਹੀ ਹੈ। ਇਸ ਸਮੇਂ ਗੱਭਰੂ ਦੇਖਦੇ ਸੇਖਾ ਪਿੰਡ ਹੈ, ਨੌਜਵਾਨ ਕਬੱਡੀ ਖਿਡਾਰੀ ਦਾ ਬੋਲਦਾ ਧਾਵਾ ਤੇ ਜਾਫੀ ਹੈ। ਦੇਖਦੇ ਵੀ ਕੌਣ ਜੱਫਾ ਲਾਵੇਗਾ। ਇੱਧਰ ਤਲਵੰਡੀ ਭੰਗੇਰੀਆਂ ਪਿੰਡ ਦੇ ਤਿੰਨ ਜਾਫੀਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਨੌਜਵਾਨ ਗੱਭਰੂ ਸੇਖੇ ਪਿੰਡ ਦਾ, ਸਮੁੰਦਰ ਜੀ ਘੱਟ ਦੇ ਵਿੱਚ ਤੇ ਪੁਆਇੰਟ ਜਿਹੜਾ ਇਸ ਸਮੇਂ ਧਾਵੀ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਹੈ। ਚੱਲ ਵੀ ਨੌਜਵਾਨਾਂ ਭਾਵੀ ਕਬੱਡੀ ਤੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ, ਤੇ ਦੇਖਦਾ ਜਵਾਨਾਂ ਸਾਰਾ ਖੜ ਖੜ ਕੇ। ਜਿਹੜੇ ਵੀ ਦਰਸ਼ਕ ਵੀਰ ਪੁੱਜੇ ਹੋਏ ਹੈ ਆਪਾਂ ਸਾਰੇ ਸੱਜਣਾਂ ਦਾ ਧੰਨਵਾਦ ਕਰਦੇ ਹਾਂ। ਲਓ ਇਸ ਸਮੇਂ ਬੋਲਿਆ ਹੋਇਆ ਧਾਵਾ ਖੇਡ ਮੈਦਾਨ ਦੇ ਅੰਦਰ ਹੈ। ਦੇਖਦੇ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ। ਇਧਰਲੇ ਬੰਨੇ ਚਾਰ ਜਾਫੀ ਹੈ, ਬੁਰਜੀਆਂ ਵਰਗੇ ਮੁੰਡੇ ਹੈ। ਲਓ ਸਾਹਮਣੇ ਰਾਜੂ ਤਲਵੰਡੀ ਭੰਗੇਰੀਆਂ ਪਿੰਡ ਦਾ ਨੌਜਵਾਨ ਗੱਭਰੂ ਕਬੱਡੀ ਪਾਉਂਦਾ, ਪਰ ਦੂਸਰੇ ਪਾਸੇ ਫੜਿਆ ਗੁੱਟ ਹੈ ਵੀ ਜਿੰਦਰਾ ਜੰਗਾਲ ਖਾ ਗਿਆ, ਕੁੰਜੀ ਲੈ ਗਿਆ ਦਿਲਾਂ ਦਾ ਜਾਨੀ, ਜਿੰਦਰਾ ਜੰਗਾਲ ਖਾ ਗਿਆ। ਪੁਆਇੰਟ ਜਾਫੀਆਂ ਦਾ ਇਸੇ ਨਾਲ ਹੀ ਮੈਚ ਜਿਹੜਾ ਸਮਾਪਤ ਹੋ ਗਿਆ ਹੈ। ਚੱਲਦੇ ਹੋਏ ਮੈਚ ਦੇ ਵਿੱਚ ਜਿਹੜਾ ਪੁਆਇੰਟਾਂ ਦਾ ਲੇਖਾ ਜੋਖਾ ਹੈ, ਸੇਖੇ ਦੇ ਪੁਆਇੰਟ ਨੇ 20.5 ਤੇ ਤਲਵੰਡੀ ਭੰਗੇਰੀਆਂ ਦੇ 10 ਪੁਆਇੰਟ ਹੈ। ਇਸ ਮੈਚ ਦੇ ਵਿੱਚ ਸੇਖੇ ਦੀ ਟੀਮ ਜੇਤੂ ਰਹੀ ਹੈ। ਆਓ ਕਾਲੇ ਕੇ ਤੇ ਘਾਲ ਕਲਾ, ਇਸ ਤੋਂ ਅੱਗੇ ਮੋਗਾ ਬੀ ਤੇ ਮਹਿਰੋ, ਅਕਾਲ ਸਰ ਮੋਗਾ ਤੇ ਡਾਲੇ ਦੀਆਂ ਟੀਮਾਂ। ਹਾਂਜੀ, ਆ ਇਲੈਕਟ੍ਰੀਸ਼ਨ ਨੂੰ ਬੇਨਤੀ, ਪੱਖਾ ਵਾਲੇ ਨੂੰ ਪਹਿਲਾਂ ਹੀ ਬੇਨਤੀ ਕੀਤੀ ਹੈ ਵੀ ਫਿਰ ਹੁਣ ਮੌਸਮ ਠੰਡਾ ਹੋਗਾ, ਹੁਣ ਤਾਂ ਲੋੜ ਨਹੀਂ, ਕਹਿੰਦੇ ਕੱਲ੍ਹ ਨੂੰ ਹੋਰ ਲਵਾਲਾਂਗੇ, ਨਹੀਂ ਚੱਲਦੇ ਤਾਂ ਲਾ ਕੇ ਲੈ ਜਾ। ਬੇਨਤੀ ਭਰਾ ਮੇਰਾ ਪੱਖੇ ਚਲਾ, ਧਾਰੀਵਾਲ ਟੈਂਟ ਹਾਊਸ ਬੁੱਢਾ ਕਿੱਥੇ ਪਾ ਤੁਹਾਡਾ, ਪੱਖੇ ਚਲਾ ਉਹਨੂੰ ਕਹਿ ਯਾਰ। ਪੱਖਿਆਂ ਵਾਲੇ ਮਾਂ ਦੇ ਪੁੱਤ ਹਜੇ ਤਾਂ ਨਹੀਂ ਲੱਭੇ, ਤੇ ਕੋਈ ਗੱਲ ਨੀ, ਸ਼ਾਮ ਨੂੰ ਕਲੱਬ ਵਾਲਿਆਂ ਨੇ ਲੱਭਣਾ। ਹੁਣ ਜਿਹੜਾ ਮੈਚ ਹੈ ਕਾਲੇ ਕੇ ਵਰਸੀ ਜਿਹੜਾ ਹਲਕਲਾ ਦੀਆਂ ਟੀਮਾਂ ਦਾ ਖੇਡਿਆ ਜਾਣਾ ਹੈ,
ਇਧਰ ਸਟੇਜ ਵਾਲੇ ਪਾਸੇ ਟੀਮ ਜਿਹੜੀ ਕਾਲੇ ਕੇ ਪਿੰਡ ਦੀ ਹੈ ਤੇ ਦੂਸਰੇ ਪਾਸੇ ਟੀਮ ਜਿਹੜੀ ਘੱਲਕਲਾ ਪਿੰਡ ਦੀ ਹੈ ਨਾਲ ਹੀ ਮੋਗਾ ਬੀ ਤੇ ਮਹਿਰੋ ਪਿੰਡ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਇਸ ਤੋਂ ਅਗਲੇ ਮੈਚਾਂ ਦੇ ਲਈ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਪੁੱਜ ਜਾਣ ਹੋ ਗਿਆ ਸੇਖਾ ਜਿੱਤ ਗਿਆ ਬਾਈ ਸੇਖਾ ਬਰਨਾਲਾ ਹੈਲੋ ਛਿੰਦੇ ਦੂਰ ਛਿੰਦਾ ਬਰਾੜ ਪਰ ਦੂਸਰੇ ਪਾਸੇ ਕਾਲੇ ਕੇ ਪਿੰਡ ਦੇ ਤਿੰਨ ਜਾਫੀ ਹੈ ਨੌਜਵਾਨ ਗੱਭਰੂ ਲਾਉ ਸੀਰਾ ਨੌਜਵਾਨ ਕੋਸ਼ਿਸ਼ ਕਰਦਾ ਹੈ ਤੇ ਕੁਆਇਡ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਚੱਲ ਵੀ ਨੌਜਵਾਨ ਭਾਵੀ ਕਬੱਡੀ ਹੁਸਨਾ ਸਿੰਘ ਇਜ਼ ਕਿੰਗ ਸਿੰਘ ਸਰਦਾਰ ਗੱਭਰੂ ਹੈ ਕਿ ਨਾ ਕੋਈ ਉਹਨਾਂ ਵਰਗਾ ਹੋਇਆ ਨਾ ਕੋਈ ਉਹਨਾਂ ਵਰਗਾ ਹੋੜਾ ਜੁਗਾ ਜੁਗਾ ਤੋਂ ਗੱਲਾਂ ਚੱਲਦੀਆਂ ਜਿਸ ਦਰਵੇਸ਼ ਦੀਆਂ ਕੌਣ ਕਰੂਗਾ ਰੀਸਾ ਕਲ ਗਈ ਧਰਤ ਸ਼ਮੇਸ਼ ਦੀਆਂ ਅੱਜ ਕਹਿੰਦੇ ਵਿਸਾਖੀ ਦਾ ਪਾਵਣ ਪਵਿੱਤਰ ਦਿਹਾੜਾ ਵੀ ਹੈ ਲਓ ਇਧਰਲੇ ਬਣੇ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਚੱਲ ਵੀ ਗੱਭਰੂ ਆ ਭਾਵੀ ਕਬੱਡੀ ਕਿ ਗੱਭਰੂ ਦੇਸ਼ ਮੇਰੇ ਦੇ ਸੋਹਣੇ ਚੌੜੀਆਂ ਹਿੱਕਾਂ ਤੇ ਮਨਮੋਹਣੇ ਜਦ ਉਹਦੇ ਵਿੱਚ ਮੈਦਾਨਾਂ ਦੇ ਫਿਰ ਵੇਖਣ ਵਾਲੇ ਹੁੰਦੇ ਨੇ ਮਿੱਤਰੋ ਜ਼ੋਰ ਜਵਾਨਾਂ ਦੇ ਅੱਜ ਵਿੱਚ ਮੈਦਾਨੇ ਪਰਖੇ ਜਾਂਦੇ ਜ਼ੋਰ ਜਵਾਨਾਂ ਦੇ ਲਓ ਪੁਆਇੰਟ ਜਿਹੜਾ ਘਾਲਕੜਾਂ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਚੱਲ ਵੀ ਨੌਜਵਾਨ ਆ ਭਾਵੀ ਕਬੱਡੀ ਇਸ ਸਮੇਂ ਕਹਿੰਦੇ ਇੱਕ ਕਬੱਡੀ ਜਾਗਤ ਦੇ ਵਿੱਚ ਮਠੰਡਿਆਂ ਦਾ ਦਾਰਾ ਪ੍ਰਸਿੱਧ ਹੈ ਪਰ ਆਹ ਮੁੰਡੇ ਦਾ ਕਹਿੰਦੇ ਮਾਰੀ ਮੁਸਤਫਾ ਪਿੰਡ ਹੈ ਦਾਰਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣਾ ਹੋਇਆ ਲਓ ਦੇਖ ਰਹੇ ਵੀ ਭਾਈ ਹੀ ਕਬੱਡੀ ਹੈ ਕਿ ਸ਼ੀਸ਼ੇ ਮੂਹਰੇ ਹਿੱਕ ਨੂੰ ਹਰੇਕ ਬਣਦਾ ਤੇ ਦਾਰਾ ਸਿੰਘ ਘਰ ਚ ਹਰੇਕ ਬਣਦਾ ਗਰਾਊਂਡ ਵਿੱਚ ਪੈਂਦਾ ਜਦੋਂ ਵਾਹ ਯੋਧਿਆ ਲੈਂਦੇ ਨੇ ਬਗਾਨੇ ਪੁੱਤ ਢਾ ਯੋਧਿਆ ਚਾਹੀਦੀ ਫਲਾਦ ਜਿਹੀ ਹੱਡੀ ਲੱਗੇ ਆਣੀਆਂ ਸੌਖੀ ਨੀ ਉਹ ਖੇਡਣੀ ਕਬੱਡੀ ਲੱਗੇ ਆਣੀਆਂ ਲਓ ਸੌਖਾ ਕੰਮ ਨੀ ਕਬੱਡੀ ਖੇਡਣਾ ਇੱਕ ਪਾਸੇ ਕਹਿੰਦੇ ਘਾਲਕਲਾ ਪਿੰਡ ਬਿੰਦਰ ਦਾ ਪਿੰਡ ਹੈ ਕੁਲਜੀਤ ਦਾ ਪਿੰਡ ਹੈ ਕਹਿੰਦੇ ਰਾਣੇ ਵਰਗੇ ਨੰਜੇ ਵਰਗੇ ਦੁਨੀਆਂ ਦੇ ਸੁਪਰ ਸਟਾਰ ਖਿਡਾਰੀਆਂ ਦਾ ਪਿੰਡ ਹੈ ਲੱਖੇ ਵਰਗੇ ਅੰਬੂ ਵਰਗਿਆਂ ਦਾ ਨਾਮ ਵੱਡਾ ਅੱਜ ਦੇ ਕਬੱਡੀ ਜਗਤ ਦੇ ਵਿੱਚ ਲਓ ਹੁਸਰਾ ਕਾਲੇ ਕੇ ਪਿੰਡ ਦਾ ਜਿਹੜੇ ਪਿੰਡ ਦਾ ਕਹਿੰਦੇ ਵੀ ਜੱਸਾ ਨੌਜਵਾਨ ਪ੍ਰਸਿੱਧ ਹੈ ਲਓ ਉਸੇ ਹੀ ਪਿੰਡ ਦਾ ਹੁਸਨਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਜੱਗੇ ਵਰਗੇ ਆਪਣੇ ਵਰਗੇ ਪ੍ਰਸਿੱਧ ਹੈ ਉਧਰ ਜੱਸੀ ਪੁੱਜਿਆ ਵੇਖਦੇ ਆ ਵੀ ਲੰਮਾ ਸਮਾਂ ਘਾਲਕਲਾ ਵੱਲੋਂ ਕਬੱਡੀ ਖੇਡੀ ਹੈ ਤੇ ਪੁਆਇੰਟ ਜਿਹੜਾ ਇਸ ਸਮੇਂ ਹੁਸਨੇ ਨੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਲਓ ਅਗਲੀ ਕਬੱਡੀ ਆਹ ਮੁੰਡੇ ਨੂੰ ਪਿਆਰ ਦੇ ਨਾਲ ਹਨੇਰੀ ਆਖ ਦਿੰਦੇ ਆ ਵਿਖਰੇ ਵੀ ਹੁਣ ਗਰਾਊਂਡ ਦੇ ਵਿੱਚ ਹਨੇਰੀਆਂ ਲਿਆਵੇਗਾ ਜਾਂ ਨਹੀਂ ਘਾਲਕਲਾ ਪਿੰਡ ਕਹਿੰਦੇ ਵੀ ਸੁੱਖ ਦਾ ਪਿੰਡ ਹੈ ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਘਾਲਕਲਾ ਦੀ ਵੱਡੀ ਨਾਮਵਰ ਅਕੈਡਮੀ ਤਿਆਰ ਕੀਤੀ ਹੈ ਔਰ ਲਕਸ਼ਮਣ ਦਾ ਪਿੰਡ ਹੈ ਦੇਖਦੇ ਵੀ ਪੁਆਇੰਟ ਜਿਹੜਾ ਹਨੇਰੀ ਇਸ ਸਮੇਂ ਘਾਲਕਲਾ ਪਿੰਡ ਦਾ
ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ। ਚੱਲ ਵੀ ਨੌਜਵਾਨਾਂ ਭਾਵੀ ਕਬੱਡੀ ਤਾਰਾ ਗੜ੍ਹ ਵਿੱਚ ਕਰਨੀ ਹੈ ਔਰ ਵੇਖਦੇ ਵੀ ਅੱਥਰੀ ਜਵਾਨੀ ਹੈ, ਲੋਹੜਿਆਂ ਦਾ ਜੋਸ਼ ਤੇ ਖਰੋਸ਼ ਹੈ। ਇਧਰਲੇ ਬੜੇ ਭਾਈ ਕਬੱਡੀ ਨੌਜਵਾਨ ਗੱਭਰੂ ਦੀ ਹੈ, ਚਾਰ ਜਾਫੀ ਨੇ ਬੋਲਿਆ ਹੋਇਆ ਧਾਵਾ, ਖੇਡ ਮੈਦਾਨ ਦੇ ਵਿੱਚ ਹੈ। ਦੇਖਦੇ ਸਾਹਮਣੇ ਹੁੰਦੀ ਹੋਈ ਟੱਕਰ ਕਿ ਵਿੱਚ ਮੈਦਾਨੇ ਹੁੰਦੀ ਟੱਕਰ ਬੱਬਰ ਸ਼ੇਰਾਂ ਦੀ। ਖੇਡ ਕਬੱਡੀ ਖੇਡ ਹੈ ਲੋਕੋ ਮਰਦ ਦਲੇਰਾਂ ਦੀ, ਡਾਲਰਾਂ ਪਾਉਂਡਾਂ ਤੇ ਯੂਰੋ ਦੇ ਵਿੱਚ ਵਿਕਦੀ ਹੈ ਹੁਣ ਕਬੱਡੀ ਬੱਬਰ ਸ਼ੇਰਾਂ ਦੀ। ਲਓ ਬੱਬਰ ਸ਼ੇਰਾਂ ਦੀ ਖੇਡ ਖੇਡੀ ਜਾ ਰਹੀ ਹੈ, ਮੁੰਡਾ ਝੁਕੇ ਹੋਏ ਕਮਾਨ ਦੀ ਤਰ੍ਹਾਂ। ਇਸ ਸਮੇਂ ਲਓ ਉਹਦਾ ਮੁਕਾਬਲਾ, ਨੌਜਵਾਨ ਗੱਭਰੂ ਕੋਸ਼ਿਸ਼ ਕਰਦਾ ਡੱਕਣ ਦੀ, ਰੱਖਣ ਦੀ। ਜ਼ੋਰ ਤੇ ਜਵਾਨੀ ਹੁੰਦੇ ਉਮਰਾਂ ਦੇ ਖੇਡ ਵੀ ਇਹਦੇ ਵਿੱਚ ਹੁੰਦੇ ਯਾਰੋ। ਸਾਨਾ ਵਾਲੇ ਭੇਡ ਵੀ ਸਾਨਾ ਦੇ ਭੇੜਾਂ ਵਿੱਚ ਤਾਕਤ ਗੁੱਝੀਆਂ, ਜ਼ੋਰ ਬਸ਼ੈਬ ਹੁੰਦਾ, ਆਪਣੀ ਕਹਾਣੀ ਰਚ ਜਾਂਦਾ। ਲਓ ਇਸ ਸਮੇਂ ਪੁਆਇੰਟ ਜਾਫੀਆਂ ਦਾ, ਹੁਸਨਾ ਸਿੰਘ ਇਜ਼ ਕਿੰਗ, ਮੁੰਡਾ ਸਿੰਘ ਸਰਦਾਰ ਇਸ ਸਮੇਂ ਵਾਧ ਕੇ ਕਬੱਡੀ ਪਾਉਂਦਾ ਖੇਡ ਮੈਦਾਨ ਦੇ ਵਿੱਚ। ਚਿੱਟੀ ਨਿੱਕਰ, ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵਰਗੀ ਧੁੱਪ ਹੈ, ਲਿਸ਼ਕਦੇ ਪੈਂਦੇ ਨੇ। ਮੁੰਡਾ ਜਾਫੀ ਵੀ ਤੇਜ਼ ਧਾਰ ਹੈ ਘਲਕਲਾ ਪਿੰਡ ਦਾ, ਪੂਰੀ ਕੋਸ਼ਿਸ਼ ਕਰਦਾ। ਪਰ ਰਣਜੀਤ ਸਿੰਘ ਖੇਡੇ ਪਿੰਡ ਦਾ, ਨਾਲ ਹੀ ਸੁਖਵੰਤਰ ਸਿੰਘ ਇੱਧਰ ਲੱਭਣੇ ਰੈਫਰੀਸ਼ਿਪ ਦੀਆਂ ਜ਼ਿੰਮੇਵਾਰੀਆਂ। ਚੱਲ ਵੀ ਨੌਜਵਾਨਾਂ ਪਾਵੀ ਕਬੱਡੀ, ਇੱਧਰ ਲੱਭਣੇ ਨੇਰੀ ਕਬੱਡੀ ਪਾਉਣਾ ਹੋਇਆ ਘਲਕਲਾ ਪਿੰਡ ਦਾ। ਗੱਭਰੂ ਦੇਖਦੇ ਵੀ ਕਬੱਡੀ ਪਾ ਰਿਹਾ, ਹਲਕਾ ਟੱਚ ਸੀਰੇ ਨਾਲ ਹੈ ਤੇ ਪੁਆਇੰਟ ਜਿਹੜਾ ਇਸ ਸਮੇਂ ਇੱਧਰ ਆਪਣਾ ਘਲਕਲਾ ਦੀ ਟੀਮ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਹੈ। ਅਗਲਾ ਮੈਚ ਜਿਹੜਾ ਖੇਡਿਆ ਜਾਣਾ ਹੈ, ਮੇਰੀ ਬੇਨਤੀ ਮੋਗਾ ਬੀ ਤੇ ਮਹਿਰੋ ਦੀਆਂ ਟੀਮਾਂ, ਮੋਗਾ ਬੀ ਵਰਸੀ ਚ ਮਹਿਰੋ ਦੀਆਂ ਟੀਮਾਂ, ਇਹਨਾਂ ਦੋਨੋਂ ਹੀ ਟੀਮਾਂ ਨੂੰ ਮੇਰੀ ਬੇਨਤੀ ਹੈ, ਇਸ ਤੋਂ ਅਗਲਾ ਮੈਚ ਇਹਨਾਂ ਟੀਮਾਂ ਦਾ ਖੇਡਿਆ ਜਾਣਾ, ਮੋਗਾ ਬੀ ਵਰਸੀ ਮਹਿਰੋ ਦੀਆਂ ਟੀਮਾਂ, ਦੋਨੋਂ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਪੁੱਜ ਜਾਣ। ਨਾਲ ਹੀ ਅਕਾਲਸਰ ਮੋਗਾ ਤੇ ਡਾਲੇ ਪਿੰਡ ਦੀਆਂ ਟੀਮਾਂ ਓਵਰ ਨੇ ਜੀਰੇ ਨਾਲ ਖੇਡਣਾ ਹੈ। ਜਿਵੇਂ ਜਿਵੇਂ ਅਸੀਂ ਟੀਮਾਂ ਨੂੰ ਕਾਲ ਕਰਦੇ ਹਾਂ, ਮੇਰੇ ਵੀ ਸਭੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਤੁਸੀਂ ਜ਼ਰੂਰ ਪੁੱਜਣਾ। ਇਧਰਲੇ ਬਣੇ ਭਾਈ ਕਬੱਡੀ ਖੇਡ ਮੈਦਾਨ ਦੇ ਵਿੱਚ ਹੈ, ਤੇਰੀ ਜਾਫੀ ਲਓ ਇਸ ਸਮੇਂ ਕਾਲੇ ਕੇ ਪਿੰਡ ਦੇ, ਲਓ ਸਾਹਮਣੇ ਸੀਰਾ ਇਸ ਸਮੇਂ ਕੋਸ਼ਿਸ਼ ਕਰਦਾ ਹੈ ਨੌਜਵਾਨ, ਪਰ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਇਧਰਲੇ ਬਣੇ ਅੰਕ ਜਿਹੜਾ ਨੌਜਵਾਨ ਰੇਡਰ ਦਾ ਹੈ। ਚੱਲ ਵੀ ਜਵਾਨਾ ਪਾਵੀ ਕਬੱਡੀ, ਇਧਰ ਫੇਰ ਕਬੱਡੀ ਪੈਂਦੀ ਹੈ, ਦੁਨੀਆ ਵੇਖਦੀ ਹੈ। ਦੇਖਦੇ ਵੀ ਨੌਜਵਾਨ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਕਿ ਸਬਰ ਸਿਦਕ ਤੋਂ ਡੋਲੀ ਨਾ ਤੂੰ ਪੁੱਤ ਪੰਜਾਬ ਦੇ ਆ, ਘਰ ਘਰ ਪਹੁੰਚੇ ਮੈਂ ਕੋ ਤੇਰੀ ਫੁੱਲ ਗੁਲਾਬ ਦੇ ਆ, ਮਿੱਟੀ ਚ ਮੱਥੇ ਲਾਵਣ ਗਿਆ ਅੱਜ ਤੇਰਿਆਂ ਰਾਵਾਂ ਦੀ, ਤੇ ਪੁੱਤ ਬਹਾਦਰ ਕੁੱਕ ਸਫਲ ਕਰ ਜਾਂਦੇ ਮਾਵਾਂ ਦੀ, ਪੁੱਤ ਬਹਾਦਰ ਕੁੱਕ ਸਫਲ ਕਰ ਜਾਂਦੇ ਮਾਵਾਂ ਦੀ। ਛੀਣੀਆਂ ਮਾਵਾਂ ਦੇ ਬੱਬਰ ਸ਼ੇਰ ਔਰ ਦਲੇਰ ਪੁੱਤਾਂ ਦੀਆਂ ਚਾਟਾਂ। ਲਓ ਇਧਰਲੇ ਬਣੇ ਭਾਈ ਕਬੱਡੀ ਨੌਜਵਾਨ ਗੱਭਰੂ ਬਸ ਕੇ ਵੀ ਜਵਾਨਾਂ, ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਹੈ, ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਚੱਲ ਵੀ ਜਵਾਨਾਂ ਪਾਰੀ ਕਬੱਡੀ ਦਾਲਾ, ਕਾਲੀ ਕਾਨੀ ਧੌਣ ਦੇ ਵਿੱਚ ਹੈ। ਦੇਖਦੇ ਹਾਂ ਵੀ ਨੌਜਵਾਨ ਦਾ ਗੁੰਦਮਾ ਸਰੀਰ ਹੈ, ਨੌਜਵਾਨ ਦਾ ਇਸ ਸਮੇਂ ਬੋਲਿਆ ਧਾਵਾ ਗੁੰਦਮੇ ਸਰੀਰ ਦੇ ਵਿੱਚ ਦੇਖਦੇ ਵੀ ਝੁਕਿਆ ਹੋਇਆ, ਖਿਲਾਰੀਆਂ ਹੋਈਆਂ ਬਾਹਾਂ ਨੇ ਚਾਰ ਜਾਫੀਆਂ ਦੇ ਵਿੱਚ। ਦੇਖਦੇ ਵੀ ਕੌਣ ਗੱਭਰੂ, ਲਓ ਇਧਰਲੇ ਪਾਸੇ ਮੁੰਡਾ ਗੋਰੇ ਨਿਸ਼ੂਰੇ ਰੰਗ ਦੇ ਵਿੱਚ ਕੋਸ਼ਿਸ਼ ਕਰਦਾ ਹੈ, ਪਰ ਪੁਆਇੰਟ ਜਿਹੜਾ ਨੌਜਵਾਨ ਇਸ ਸਮੇਂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਨਾਲ ਹੀ ਅਗਲਾ ਮੈਚ ਦੋਨੋਂ ਹੀ ਟੀਮਾਂ ਮੋਗਾ ਬੀ ਵਰਸੀ ਮਹਿਰੋ, ਅਕਾਲਸਰ ਮੋਗਾ ਤੇ ਡਾਲਾ, ਔਗੜ ਤੇ ਜੀਰਾ, ਖਾਈ ਤੇ ਤਲਵੰਡੀ, ਬਾਰੇ ਵਾਲਾ ਤੇ ਦਾਮੂ ਸ਼ਾਹ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ। ਇਸ ਤੋਂ ਅਗਲਾ ਮੈਚ ਜਿਹੜਾ ਇਹਨਾਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ,
ਨਾਲ ਹੀ ਜਿਹੜੀਆਂ ਇਸ ਤੋਂ ਅਗਲੀਆਂ ਮਾਈਕ ਤੇ ਜ਼ਿੰਮੇਵਾਰੀਆਂ ਹੈ, ਨਾਲ ਹੀ ਧੰਨਵਾਦ ਹੈ ਜਿਹੜਾ ਵੀ ਇੱਧਰ ਬੀਤਾ ਮਾਰੇ ਵਾਲਾ, ਨਾਲ ਹੀ ਇੱਧਰ ਸਾਡੇ ਵੀਰ ਨਿਰਮਲ ਲੰਘੇਆਣਾ, ਕੁਲਦੀਪ ਸ਼ਰਮਾ ਜੀ ਸਿੰਘਾਂ ਵਾਲਾ ਬੂਟਾ ਖਾਣ ਆਲਮ ਵਾਲਾ, ਸਾਰੇ ਸਾਥੀ ਕਮੈਂਟੇਟਰਾਂ ਦਾ ਵੀ ਧੰਨਵਾਦ ਹੈ। ਲਓ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਰੂਪ ਇਸ ਸਮੇਂ ਦੇਖਦੇ ਵੀ ਨੌਜਵਾਨ ਘਲਕਲਾ ਪਿੰਡ ਦਾ ਜੱਫਾ ਲਾਉਂਦਾ ਹੈ ਤੇ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਚੱਲ ਵੀ ਜਵਾਡਾ ਪਾਵੀ ਕਬੱਡੀ, ਇਧਰਲੇ ਬੰਨੇ ਫਿਰ ਕਬੱਡੀ ਪੈਂਦੀ ਹੈ ਵੀ ਗੋਲ ਜਿਹਾ ਦਾਇਰਾ ਵਿੱਚ ਹੰਦੇ ਤੋਂ ਦਿਸਦੇ, ਚੜ ਜਾਂਦਾ ਚਾਹ ਵੀ ਖਿਡਾਰੀ ਜਦੋਂ ਦਿਸਦੇ ਤਲਿਹਾਰੇ ਉਹਦੇ ਜਾਮਾ ਜੀ ਨੇ ਕਾੜੇ ਦੀ ਕੱਢੀ ਹੈ। ਖੇਡਣੀ ਕਬੱਡੀ ਅਸਾਂ ਖੇਡਣੀ ਕਬੱਡੀ ਹੈ, ਕਈਆਂ ਨੇ ਉਹ ਖੇਡੀ ਕਈਆਂ ਖੇਡ ਖੇਡ ਛੱਡੀ ਹੈ। ਲਓ ਰਿਸਮੇ ਲੱਗ ਗਿਆ ਜੱਫਾ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਕੁਲਦੀਪ ਸ਼ਰਮਾ ਜੀ ਜਾਂ ਬੂਟਾ ਜਾਂ ਪੀਤਾ ਮੇਰਾ ਵੀਰ ਕੋਈ ਵੀ ਸੱਜਣ ਗਰਾਊਂਡ ਵਿੱਚ ਆਵੇ ਇਸ ਤੋਂ ਅਗਲੀ ਜ਼ਿੰਮੇਵਾਰੀਆਂ ਦੇ ਲਈ। ਇੱਧਰ ਲਿਬੜੇ ਭਾਈ ਵੀ ਰੇਡ ਹੈ ਨੌਜਵਾਨ ਗੱਭਰੂ ਦੀ, ਦੇਖਦੇ ਵੀ ਸਾਹਮਣੇ ਨੌਜਵਾਨ ਚੁੱਕੇ ਹੋਏ ਕਮਾਨ ਦੀ ਤਰ੍ਹਾਂ, ਚਾਰ ਜਾਫੀ ਬੁਰਜੀਆਂ ਵਰਗੇ ਗੱਭਰੂ ਹੈ। ਲਓ ਸਾਹਮਣੇ ਨੌਜਵਾਨ ਜਾਫੀ ਇਸ ਸਮੇਂ ਘਲਕਲਾ ਪਿੰਡ ਦਾ ਤੇ ਪੁਆਇੰਟ ਜਿਹੜਾ ਨੌਜਵਾਨ ਧਾਦੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ। ਚੱਲ ਵੀ ਜਵਾਨਾ ਭਾਵੀ ਕਬੱਡੀ, ਇਧਰਲੇ ਬੰਨੇ ਫੇਰ ਕਬੱਡੀ ਪੈਂਦੀ ਹੈ। ਨੌਜਵਾਨ ਖਿਡਾਰੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਂਦਾ ਹੋਇਆ, ਦੇਖਦੇ ਵੀ ਕਾਲੇ ਕੇ ਪਿੰਡ ਜੱਸੇ ਦਾ ਪਿੰਡ ਹੈ, ਚੱਗੇ ਦਾ ਪਿੰਡ ਹੈ, ਅਵਣੇ ਵਰਗੇ ਕਹਿੰਦੇ ਵੀ ਕਾਲੇ ਵਰਗੇ ਪ੍ਰਸਿੱਧ ਹੈ। ਲਓ ਪੁਆਇੰਟ ਜਿਹੜਾ ਇਸ ਸਮੇਂ ਸੀਰੇ ਨੇ ਆਪਣੀ ਟੀਮ ਦੇ ਹਿੱਸੇ ਜੋੜਿਆ ਹੈ, ਉਸਰਾ ਕਾਲੇ ਕੇ ਪਿੰਡ ਦਾ ਗੱਭਰੂ ਕਬੱਡੀ ਪਾਉਂਦਾ ਹੋਇਆ ਇਸ ਸਮੇਂ ਚਿੱਟੇ ਰੰਗ ਦੀ ਨੀਚਰ ਦੇ ਵਿੱਚ, ਦੇਖਦੇ ਵੀ ਪਾਈ ਹੋਈ ਕਬੱਡੀ ਨੌਜਵਾਨ ਗੱਭਰੂ ਦੀ। ਮੋਗੇ ਬੀ ਦੀ ਟੀਮ ਕਬੱਡੀ, ਇਧਰਲੇ ਬਣੇ ਵੇਖਦੇ ਵੀ ਨੌਜਵਾਨ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵੱਧ ਚੁੱਕਿਆ ਹੈ ਕਿ ਜਬਰ ਜ਼ੁਲਮ ਦੀ ਮੁਗਲਾਂ ਇੱਥੇ ਅੱਗ ਬਚਾਈ ਸੀ, ਬਹੁਤੀ ਦੇਰ ਨਾ ਲਾਈ ਭਾਜੀ ਮੋੜ ਚੁਕਾਈ ਸੀ। ਔਰ ਦੇਖਦੇ ਹਾਂ ਵੀ ਇਧਰਲੇ ਪਾਸੇ ਭਾਈ ਵੀ ਕਬੱਡੀ ਹੈ, ਇਤਿਹਾਸਕ ਦਿਨ ਹੈ ਵਿਸਾਖੀ ਦੀ, ਇਹ ਪਾਵਨ ਪਵਿੱਤਰ ਦਿਹਾੜਾ। ਔਰ ਇਧਰਲੇ ਬਣੇ ਅੱਜ ਗੁਰਦੁਆਰਾ ਸਾਹਿਬ ਦੀ ਇਹਨਾਂ ਗਰਾਊਂਡਾਂ ਦੇ ਵਿੱਚ ਦੇਖ ਰਹੇ ਵੀ ਅਕਾਲ ਸਰ ਯੂਥ ਕਲੱਬ ਦੇ ਵੱਲੋਂ ਵੱਡੇ ਉੱਦਮ ਹੈ, ਕਬੱਡੀ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਸਮੇਂ ਪੈਂਦੀਆਂ ਕਬੱਡੀਆਂ, ਨੌਜਵਾਨ ਗੱਭਰੂ ਕਬੱਡੀ ਪਾਉਂਦਾ ਹੋਇਆ ਦੇਖਦੇ ਹਾਂ ਸਾਹਮਣੇ। ਵਾਹ, ਇੱਕ ਪਾਸੇ ਮੁੰਡਾ ਕਾਲੇ ਕੇ ਪਿੰਡ ਦਾ ਤੇ ਪੁਆਇੰਟ ਧਾਵੀ ਦੇ, ਮੋਗਾ ਬੀ ਤੇ ਮਹਿਰੋ ਦੋਨੋਂ ਟੀਮਾਂ ਆ ਗਏ ਠੀਕ, ਆਪਣਾ ਹੱਕ ਆਵਾਜ਼ ਮਾਰਨਾ ਵੇਟ ਕਰਾਉਣਾ ਉਹਨਾਂ ਦਾ ਕੰਮ ਹੈ, ਆ ਗਏ ਗਰਾਊਂਡ ਦੇ ਵਿੱਚ ਠੀਕ ਹੈ। ਨਹੀਂ ਆਪਾਂ ਮਹਿਰੋ ਨੂੰ ਜੇਤੂ ਕਰਾਰ ਦੇਵਾਂਗੇ, ਮਹਿਰੋ ਤੇ ਮੋਗਾ ਬੀ ਨਾਲ ਹੀ ਅਕਾਲ ਸਰ ਮੋਗਾ ਤੇ ਡਾਲੇ ਦੀਆਂ ਟੀਮਾਂ, ਔਗੜ ਤੇ ਜੀਰਾ, ਖਾਈ ਤੇ ਤਲਵੰਡੀ, ਬਾਰੇ ਵਾਲਾ ਤੇ ਦਾਮੂਸ਼ਾ, ਇਹ ਸਾਰੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਆਪੋ ਆਪਣਾ ਵੇਟ ਕਰਵਾ ਕੇ ਗਰਾਊਂਡ ਦੇ ਨੇੜੇ ਪੁੱਜ ਜਾਣ। ਕੱਲੀ ਕਿਸੇ ਟੀਮ ਦੀ ਅਸੀਂ ਮਿਹਨਤ ਨਹੀਂ ਕੱਢਣੀ ਵੀ ਆਪਣਾ ਵੇਟ ਕਰਵਾਓ, ਖੇਡਣ ਤੁਸੀਂ ਆਏ ਆ, ਵੇਟ ਕਰਵਾਉਣਾ ਤੁਹਾਡਾ ਫਰਜ਼ ਹੈ। ਸਾਡਾ ਕੰਮ ਗਰਾਊਂਡ 'ਚ ਆਵਾਜ਼ ਮਾਰਨਾ, ਤੁਸੀਂ ਸਮੇਂ ਸਿਰ ਗਰਾਊਂਡ ਵਿੱਚ ਪੁੱਜਣਾ, ਗਰਾਊਂਡ ਦੀ ਕਦਰ ਕਰਨੀ ਹੈ।
ਇਹ ਜਿਹੜੇ ਬਣੇ ਨੇਰੀ ਢਲਕਲਾਂ ਦੀ ਧਰਤੀ ਦਾ ਗੱਭਰੂ ਕਬੱਡੀ ਪਾਉਂਦਾ ਹੈ। ਇਸ ਸਮੇਂ ਪਾਈ ਰੇਡ ਹੈ ਤੇ ਕਿਤੇ ਵੀ ਸਾਹਮਣੇ ਨੌਜਵਾਨ ਮੋਟੇ ਪੱਟਾਂ ਤੋਂ ਖਿੱਚ ਮਾਰੀ ਹੈ। ਔਰ ਇਧਰਲੇ ਬਣੇ ਨਾਲ ਜਿੰਨੇ ਸਾਡੇ ਦਾਨੀ ਸੱਜਣਾਂ ਦਾ ਧੰਨਵਾਦ ਹੈ, ਉਹਨਾਂ ਦੇ ਨਾਮ ਜਿਹੜੇ ਸਟੇਜ ਦੇ ਉੱਪਰ ਅਨਾਊਂਸ ਕੀਤੇ ਜਾਣੇ ਹੈ। ਕਿਸੇ ਵੀ ਵੀਰ ਨੇ ਗਰਾਊਂਡ ਦੇ ਵਿੱਚ ਆ ਕੇ ਆਪਣਾ ਨਾਮ ਨਹੀਂ ਅਨਾਊਂਸ ਕਰਾਉਣਾ, ਇਹ ਵੀ ਹੱਥ ਬੰਨ ਕੇ ਬੇਨਤੀ ਹੈ। ਇਧਰਲੇ ਬਣੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੈ। ਚੱਲ ਵੀ ਦਾਰਾ ਇਸ ਸਮੇਂ ਕਬੱਡੀ ਪਾ ਰਹੇ ਹੈ, ਕਦੇ ਦੇਖਦੇ ਵੀ ਦਾਰਾ ਸਿਰਫ ਭਲਵਾਨ ਦੀਆਂ ਗੱਲਾਂ ਹੁੰਦੀਆਂ। ਔਰ ਇਧਰਲੇ ਬਣੇ ਵੇਖਦੇ ਹੈ ਪਾਈ ਕਬੱਡੀ ਹੈ ਕਿ ਘਰ ਘਰ ਪੁੱਤ ਜੰਮਦੇ, ਦਾਰਾ ਸਿੰਘ ਨੇ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ। ਪੁਆਇੰਟ ਇਸ ਸਮੇਂ ਮਾੜੀ ਮੁਸਤਫੇ ਪਿੰਡ ਦੇ ਦਾਰੇ ਦਾ, ਕਹਿੰਦੇ ਵੀ ਜਿਹੜੇ ਪਿੰਡ ਦਾ ਸਿਕੰਦਰ ਪਹਿਲਾਂ ਕਹਿੰਦੇ ਵੀ ਨੌਜਵਾਨ ਟੈਂਪਲ ਦੀ ਟੀਮ ਲਈ ਖੇਡਿਆ, ਫਿਰ ਮਾਡਰਨ ਵੈਲੀ ਲਈ ਖੇਡਿਆ, ਕੈਨੇਡਾ ਦੇ ਵਾਟਾ ਸਟੇਟ ਦੇ ਕਹਿੰਦੇ ਖੇਡ ਮੈਦਾਨਾਂ ਵਿੱਚ। ਹਾਂਜੀ ਦਰਸ਼ਨ ਸਿੰਘ ਗਿੱਲ ਸਰਵਿਸ ਸਟੇਸ਼ਨ ਵਾਲੇ, ਇਹਨਾਂ ਦਾ ਸਟੇਜ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਨਰੇਸ਼ ਗਰਗ ਜੀ ਸਟੇਜ ਤੇ ਆਉਣ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਜਸਵਿੰਦਰ ਸਿੰਘ ਜੀ ਗਿੱਲ, ਇਹਨਾਂ ਦਾ ਸਟੇਜ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਚੜੈਕ ਵਾਲੇ ਪਿੰਡ ਦੀ ਐਂਟਰੀ ਰਹਿੰਦੀ ਹੈ ਜੀ, ਚੜੈਕ ਪਿੰਡ ਵਾਲੇ ਆਪਦੀ ਐਂਟਰੀ ਸ਼ਿੰਦਾ ਬਰਾੜ ਜੀ ਬਾਜ ਕਰਾ ਜਾਣ। ਬੀਰਾ ਸਿੰਘ ਕਲੇਵ ਤੇ ਸ਼ਿੰਦਾ ਬਰਾੜ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਾਈ ਪੱਖਿਆਂ ਵਾਲਿਆ, ਜੇ ਪੱਖੇ ਨਹੀਂ ਚਲਾਉਣੇ ਤਾਂ ਲਾ ਕੇ ਲੈ ਜਾ। ਬਾਈ ਪੱਖਿਆਂ ਵਾਲਿਆ, ਇਲੈਕਟ੍ਰੀਸ਼ਨ ਨੂੰ ਬੇਨਤੀ ਕੀਤੀ ਜਾਂਦੀ ਆ ਪੱਖੇ ਚਲਾ ਦੇ। ਚੱਲ ਵੀ ਪਾ ਵੀ ਨੌਜਵਾਨ ਕਬੱਡੀ ਇਧਰਲੇ ਬਣੇ ਵੇਖਦੇ ਹੈ ਵੀ ਨੌਜਵਾਨ ਸਾਹਮਣੇ ਪੁਆਇੰਟ ਜਿਹੜਾ ਕਲਕਲਾਂ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ। ਸਰਦਾਰ ਜਗਿੰਦਰ ਸਿੰਘ ਜੀ ਸੇਖੋ ਸਟੇਜ ਤੇ ਆਉਂਦੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਜਗਿੰਦਰ ਸਿੰਘ ਜੀ ਸੇਖੋ, ਸੁਭਾਸ਼ ਸੇਖ ਜੀ ਸਟੇਜ ਤੇ ਆਉਂਦੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ। ਭਜਨ ਸਿੰਘ ਜੀ ਕਲੇਰ, ਸੈਕਟਰੀ ਸਾਹਿਬ ਬੱਬੂ ਖਾਲਸਾ ਜੀ ਇਲੈਕਟ੍ਰੀਸ਼ਨ ਵਾਲੇ, ਜਗਿੰਦਰ ਸਿੰਘ ਸੇਖੋ ਜੀ, ਬਿਜਲੀ ਵਾਲੇ ਵੀਰ ਨੂੰ ਫਿਰ ਦੁਬਾਰਾ ਬੇਨਤੀ ਆ, ਭਰਾ ਜੀ ਪੱਖੇ ਚਲਾ ਦੋ। ਬਹਲੂ ਜੀ ਐਮ ਸੀ ਸਾਹਿਬ ਤੇ ਸਰਦਾਰ ਜਗਿੰਦਰ ਸਿੰਘ ਜੀ ਗਿੱਲ, ਸਰਦਾਰ ਸਵਰਨ ਸਿੰਘ ਸਿਵੀਆ, ਇਹਨਾਂ ਦਾ ਸਟੇਜ ਤੇ ਆਉਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਸਰਦਾਰ ਬਹਲੂ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਸਟੇਜ ਤੇ ਆਉਣ ਤੇ। ਨਾਲ ਹੀ ਇਸ ਤੋਂ ਅਗਲਾ ਮੈਚ ਜਿਹੜਾ ਮੋਗਾ ਬੀ ਤੇ ਮਹਿਰੋ ਦੀਆਂ ਟੀਮਾਂ ਦੇ ਦਰਮਿਆਨ ਖੇਡਿਆ ਜਾਣਾ ਹੈ। ਮੋਗਾ ਬੀ ਵਰਸੀ ਮਹਿਰੋ, ਅਕਾਲਸਰ ਮੋਗਾ ਤੇ ਡਾਲਾ, ਔਗੜ ਤੇ ਜੀਰਾ, ਖਾਈ ਤੇ ਬਲਖੰਡੀ, ਖਾਈ ਤੇ ਤਲਵੰਡੀ, ਖਾਈ ਵਰਸੀ ਤਲਵੰਡੀ ਬਾਰੇ ਵਾਲੇ ਨੇ ਖੇਡਣਾ ਹੈ। ਬਾਬਾ ਦਾਮੂ ਸ਼ਾਹ ਕਲੱਬ ਨਾਲ, ਬਾਬਾ ਦਾਮੂ ਸ਼ਾਹ ਜੀ ਕਲੱਬ ਲੋਹਾਰਾ, ਇਹ ਟੀਮਾਂ ਨੂੰ ਵੀ ਮੇਰੀ ਬੇਨਤੀ ਇਸ ਤੋਂ ਅਗਲੇ ਮੈਚਾਂ ਦੇ ਲਈ ਤਿਆਰ ਰਹਿਣ। ਹੁਸਨਾ ਦੇਖਦੇ ਵੀ ਇਧਰਲੇ ਪਾਸੇ ਨੌਜਵਾਨ ਕਾਲੇ ਕੇ ਪਿੰਡ ਦਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ। ਇਸੇ ਨਾਲ ਹੀ ਮੈਚ
ਸੰਭਾਪਕ ਚੱਲਦੇ ਹੋਏ ਮੈਚ ਦੇ ਵਿੱਚ ਜਿਹੜਾ ਪੁਆਇੰਟਾਂ ਦਾ ਲੇਖਾ ਜੋਖਾ ਹੈ ਉਹਦੇ ਵਿੱਚ ਤਾਰੇਕਿਆਂ ਦੇ 20 ਪੁਆਇੰਟ ਹੈ, ਘਲਕਲਾਂ ਦੇ 16.5 ਪੁਆਇੰਟ ਹੈ। ਇਸ ਮੁਕਾਬਲੇ ਵਿੱਚ ਚੱਲਦੇ ਹੋਏ ਮੈਚ ਦੇ ਵਿੱਚ ਤਾਰੇਕਿਆਂ ਦੀ ਟੀਮ ਜੇਤੂ ਰਹੀ ਹੈ। ਆਓ ਮੋਗਾ ਬੀ ਤੇ ਮਹਿਰੋ ਪਾਣੀ ਵਾਲੇ ਵੀਰ ਨੂੰ ਬੇਨਤੀ ਹੈ ਸਟੇਜ ਤੇ ਪਾਣੀ ਦਾ ਗੇੜਾ ਲਾ ਦੇਵੇ ਬਈ। ਮੋਗਾ ਦੀ ਟੀਮ ਬੀ ਦੀ ਟੀਮ ਨੂੰ ਬੇਨਤੀ ਹੈ ਵੀ ਗਰਾਊਂਡ ਦੇ ਵਿੱਚ ਪਹੁੰਚ ਜਾਏ ਮੋਗਾ ਬੀ। ਮੋਗਾ ਬੀ ਦੀ ਟੀਮ ਨੂੰ ਸਿਰਫ ਇੱਕ ਮਿੰਟ ਹੈ, ਨਾਲ ਹੀ ਅਕਾਲਸਰ ਮੋਗਾ ਤੇ ਡਾਲੇ ਦੀਆਂ ਟੀਮਾਂ, ਇਹ ਦੋਨੇ ਟੀਮਾਂ ਇਹ ਗਰਾਊਂਡ 'ਚ ਪਹੁੰਚਣ, ਅਕਾਲਸਰ ਮੋਗਾ ਤੇ ਡਾਲਾ। ਮੈਰੋ ਜੇਤੂ ਨੋਟ ਕਰ ਲਓ ਵੀਰ, ਬਾਈ ਸ਼ਿੰਦੇ ਨੋਟ ਕਰ ਲਿਓ ਮੈਰੋ ਨੂੰ ਜੇਤੂ ਕਰਾਰ ਦਿੱਤਾ। ਅਕਾਲਸਰ ਮੋਗਾ ਤੇ ਡਾਲੇ ਦੀਆਂ ਟੀਮਾਂ ਜਲਦੀ ਗਰਾਊਂਡ 'ਚ ਆ ਜਾਓ, ਅਕਾਲਸਰ ਮੋਗਾ ਤੇ ਡਾਲਾ। ਨਾਲ ਹੀ ਔਗਰ ਤੇ ਜੀਰਾ ਖਾਈ ਤੇ ਤਲਵੰਡੀ ਭਾਈ ਬਾਰੇ ਵਾਲੇ ਤੇ ਦਾਮੂਸ਼ਾ ਕਲੱਬ ਰੌੜੀ ਤੇ ਚੜੈਕ, ਇਹ ਸਾਰੀਆਂ ਟੀਮਾਂ ਆਪੋ ਆਪਣੇ ਵੇਟ ਕਰਾ ਲਓ। ਅਕਾਲਸਰ ਮੋਗਾ ਤੇ ਡਾਲੇ ਦੀਆਂ ਟੀਮਾਂ ਜਲਦੀ ਗਰਾਊਂਡ 'ਚ ਆਉਣ, ਅਕਾਲਸਰ ਮੋਗਾ ਤੇ ਡਾਲਾ। ਨਾਲ ਹੀ ਔਗਰ ਤੇ ਜੀਰਾ, ਅਕਾਲਸਰ ਮੋਗਾ ਟੀਮ ਜਲਦੀ ਗਰਾਊਂਡ 'ਚ ਆਇਓ ਤੇ ਡਾਲੇ ਵਾਲਿਆਂ ਨੂੰ ਬੇਨਤੀ ਹੈ ਬਈ ਤੁਹਾਡਾ ਪਿੰਡ ਬੜਾ ਕਸੂਤਾ, ਵਾਰ ਵਾਰ ਬੋਲਦੇ ਚੰਗੇ ਨਹੀਂ ਲੱਗਦੇ, ਸੋ ਜਲਦੀ ਡਾਲੇ ਦੀ ਟੀਮ ਨੂੰ ਬੇਨਤੀ ਵੀ ਗਰਾਊਂਡ 'ਚ ਆ ਜਾਏ। ਇਹ ਵਿਸਾਖੀ ਦਾ ਜੋ ਪਵਿੱਤਰ ਦਿਹਾੜਾ ਇਤਿਹਾਸਕ ਦਿਨ ਹੈ ਸਾਡੇ ਲਈ, ਇੱਕ ਉਸ ਦਿਨ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਸਥਾਪਨਾ ਕੀਤੀ ਸੀ ਖਾਲਸਾ ਪੰਥ ਦੀ, ਤੇ ਨਾਲ ਹੀ ਜੋ ਖੂਨੀ ਕਹਿਰ ਅੰਮ੍ਰਿਤਸਰ ਦੀ ਧਰਤੀ ਤੇ ਹੋਇਆ ਸੀ। ਕਹਿੰਦਾ ਵੀ ਭੁੱਲ ਸੀ ਨਾ ਗੱਲ 13 ਅਪ੍ਰੈਲ ਦੀ, ਕਾਲਜ 'ਚ ਜਾ ਕੇ ਅੱਗ ਵਾਂਗੂ ਫੈਲਦੀ, ਜਦੋਂ ਅਸੀਂ ਵਹਾਇਆ ਅੰਮ੍ਰਿਤਸਰ ਕਹਿਰ ਨੂੰ ਤੇ ਅੱਗ ਲਾ ਕੇ ਫੂਕ ਦੋ ਲੰਡਨ ਸ਼ਹਿਰ ਨੂੰ, ਤਾਂ ਜਾ ਕੇ ਫਿਰ ਸੂਰਮਾ ਉੱਠਿਆ ਤੇ ਲੰਡਨ ਤੋਂ ਬਦਲਾ ਲਿਆ ਜਾ ਕੇ। ਸ਼ਰਮਾ ਜੀ ਟੀਮਾਂ ਬੁਲਾਓ ਜਲਦੀ, ਗਰਾਊਂਡ ਖਾਲੀ ਪਿਆ ਜੀ। ਅਕਾਲਸਰ ਮੋਗਾ ਤੇ ਡਾਲੇ ਦੀਆਂ ਟੀਮਾਂ ਨੂੰ ਸਿਰਫ ਇੱਕ ਮਿੰਟ ਆ ਦੋਨਾਂ ਟੀਮਾਂ ਨੂੰ, ਅਕਾਲਸਰ ਡਾਲਾ ਤੇ ਮੋਗਾ ਤੇ ਡਾਲਾ। ਨਾਲ ਔਗੜ ਤੇ ਜੀਰਾ, ਇਹ ਟੀਮਾਂ ਤਿਆਰ ਹੋ ਜਾਣ, ਔਗੜ ਤੇ ਜੀਰਾ। ਹਾਂਜੀ ਸੁਖਡਾਲੀ ਇਹਨੂੰ ਬੇਨਤੀ ਜਲਦੀ ਪਹੁੰਚਣ ਗਰਾਊਂਡ ਵਿੱਚ, ਅਸੀਂ ਖਿਡਾਰੀਆਂ ਨਾਲ ਜਾਣ ਪਛਾਣ ਕਰਾਉਂਦੇ ਹਾਂ ਇੰਟਰੋਡਕਸ਼ਨ ਦੇ ਲਈ, ਬੇਨਤੀ ਕਰਦੇ ਹਾਂ ਗੁਰਨੈਤ ਸਿੰਘ ਜੀ ਸੰਧੂ ਸਾਹਿਬ ਔਰ ਨਾਲ ਹੀ ਪੂਰਨ ਸਿੰਘ ਜੀ ਨੰਬਰਦਾਰ ਸਾਹਿਬ ਉਹ ਗਰਾਊਂਡ ਜਾਣਗੇ ਔਰ ਰਾਮ ਸਿੰਘ ਜੀ ਗਿੱਲ ਸਾਹਿਬ, ਇਹਨਾਂ ਨੂੰ ਬੇਨਤੀ ਵੀ ਗਰਾਊਂਡ 'ਚ ਜਾਣਗੇ। ਟੀਮਾਂ ਬੁਲਾਓ ਪਿਆ ਸ਼ਰਮਾ ਜੀ, ਫਿਰ ਆਪਾਂ ਸਕਾਊਟ ਕਰਕੇ ਆਪਣੇ ਐਨਆਰਏ ਗਰਾਊਂਡ 'ਚ ਲਾਉਣਾ। ਅਜੇ ਕੁਮਾਰ ਜੀ ਭਗਤ ਰਾਮ ਐਂਡ ਕੰਪਨੀ ਵਾਲੇ ਪਹੁੰਚੇ, ਉਹ ਵੀ
ਅਵਤਾਰ ਸਿੰਘ ਜੀ ਪ੍ਰਧਾਨ ਸਾਹਿਬ। ਹਾਂ ਫਾਈਨਲ ਕੱਲ੍ਹ ਨੂੰ ਕਰਾਵਾਂਗੇ ਆਪਾਂ, 54 ਸੌ ਦਾ ਫਾਈਨਲ ਕੱਲ੍ਹ ਨੂੰ ਠੀਕ 9 ਵਜੇ ਇਹ ਟੀਮਾਂ ਜਾ ਸਕਦੀਆਂ। ਨਾਲ ਹੀ ਗੁਰਿੰਦਰ ਸਿੰਘ ਜੀ ਬੰਗਲੌਰ ਪਹੁੰਚਣਗੇ ਨਾਲ ਇੰਟਰੋਡਕਸ਼ਨ ਕਰ। ਟੀਮਾਂ ਬਣਾ ਛੱਡ ਪਹਿਲਾਂ, ਆ ਰਹੀ ਮੋਗੇ ਦੀ ਟੀਮ ਵੀ ਆ ਗਈ ਹੈ ਤੇ ਰਾਏ ਵਾਲੇ ਗੱਭਰੂ ਵੀ ਆ ਗਏ ਆ। ਸੋ ਬੇਨਤੀ ਆ ਜੋ ਜਿਹੜੇ ਨਾਂ ਨਾਸ ਕਰਦਾ ਉਹ ਵੀ ਸੱਜੇ ਜਿਹੜੇ ਗਰਾਊਂਡ ਜਾਣਗੇ, ਜਿਹਦੇ ਵਿੱਚ ਗੁਰਨੈਲ ਸਿੰਘ ਜੀ ਸੰਧੂ ਸਾਹਿਬ ਆ, ਰਾਮ ਸਿੰਘ ਜੀ ਗਿੱਲ ਸਾਹਿਬ ਆ, ਆ ਸਾਡੇ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਜੀ ਕਲੇਰ, ਅਜੇ ਕੁਮਾਰ ਜੀ ਔਰ ਪੂਰਨ ਸਿੰਘ ਜੀ ਨੰਬਰਦਾਰ ਸਾਹਿਬ ਆ, ਜਸਵਿੰਦਰ ਸਿੰਘ ਬਰਾੜ, ਬਲਜੀਤ ਸਿੰਘ ਜੀ ਨੰਬਰਦਾਰ ਸਾਹਿਬ ਆ, ਜੋਗਿੰਦਰ ਗਿੱਲ ਜੀ ਔਰ ਨਾਲ ਹੀ ਸਤਨਾਮ ਸਿੰਘ ਜੀ ਗਿੱਲ ਸਾਹਿਬ ਆ। ਹਾਂਜੀ ਨਾਲ ਹੀ ਭਗਵਾਨ ਸਿੰਘ ਜੀ ਗਿੱਲ ਸਾਹਿਬ ਆ, ਜੋਗਿੰਦਰ ਸਿੰਘ ਜੀ ਗਿੱਲ ਸਾਹਿਬ ਵੀ ਗਰਾਊਂਡ ਜਾਣਗੇ। ਔਰ ਨਾਲ ਹੀ ਮੇਰੀ ਬੇਨਤੀ ਆ, ਆ ਛੱਡੋ ਜੀ, ਥਾਣਾ ਸਿੰਘ ਜੀ ਸਰਾਂ ਇਹ ਵੀ ਗਰਾਊਂਡ ਪਹੁੰਚਣਗੇ, ਔਰ ਸਰਦਾਰ ਅਵਤਾਰ ਸਿੰਘ ਜੀ ਗਿੱਲ ਸਾਹਿਬ, ਸਰਦਾਰ ਮਹਿੰਦਰ ਸਿੰਘ ਜੀ ਗਿੱਲ ਸਾਹਿਬ, ਇਹ ਮੇਰੀ ਬੇਨਤੀ ਆ ਜਿਹਨਾਂ ਦੇ ਮੈਂ ਨਾਂ ਅਨਾਊਂਸ ਕਰ ਰਿਹਾ। ਔਰ ਨਾਲ ਹੀ ਡਾਇਰੈਕਟਰ ਵਰਿੰਦਰ ਸਿੰਘ ਜੀ ਤੋਰ ਸਾਹਿਬ ਖਿਡਾਰੀਆਂ ਜਾਂਚ ਪਛਾਣ ਕਰਨ ਜਾਣਗੇ, ਜਿਹਨਾਂ ਵਿੱਚ ਸਰਦਾਰ ਜੋਗਿੰਦਰ ਸਿੰਘ ਸੇਖੋ ਸਾਹਿਬ ਇਹ ਵੀ ਗਰਾਊਂਡ ਪਹੁੰਚਣਾ, ਜੋਰਾ ਸਿੰਘ ਜੀ ਸੰਧੂਆਣਾ ਇਹ ਪਹੁੰਚਣਗੇ, ਆ ਜੋਗਿੰਦਰ ਸਿੰਘ ਜੀ ਗਿੱਲ ਸਾਹਿਬ, ਨਛੱਤਰ ਸਿੰਘ ਜੀ ਪੱਪੀ ਸਾਡਾ ਵੀਰ ਇਹ ਵੀ ਗਰਾਊਂਡ ਜਾਣਗੇ ਜੀ। ਔਰ ਨਾਲ ਹੀ ਗਿੱਲ ਫਤਿਹ ਸਟੇਸ਼ਨ ਵਾਲੇ, ਗਿੱਲ ਸਰਵ ਸਟੇਸ਼ਨ ਵਾਲੇ ਇਹ ਵੀ ਜੀ ਗਰਾਊਂਡ ਜਾਣਗੇ ਜੀ। ਬਹੁਤ ਮਿਹਰਬਾਨੀ, ਸ਼ੁਕਰੀਆ। ਇੱਕ ਮਿੰਟ ਜੀ, ਇੱਕ ਮਿੰਟ, ਹਾਂਜੀ ਸੁਖਮੰਦਰ ਸਿੰਘ ਅਤੇ ਮੰਦਰ ਸਿੰਘ ਰਣਜੀਤ ਸਿੰਘ ਰੈਫਰੀ ਸਾਹਿਬ, ਬੇਨਤੀ ਖਿਡਾਰੀਆਂ ਨੂੰ ਲਾਈਨ ਅਪ ਕਰ ਲਓ ਆਪਾਂ, ਆਪਣੇ ਸਾਡੇ ਦਾਨੀ ਸਿੰਘ ਜਿਹੜੇ ਪੁੱਜੇ ਨੇ ਅਸੀਂ ਉਹਨਾਂ ਨਾਲ ਜਾਣ ਪਛਾਣ ਕਰਾਉਣੀ, ਖਿਡਾਰੀਆਂ ਦੀ ਲਾਈਨ ਅਪ ਕਰੋ ਜੀ। ਔਰ ਜਿਹਨਾਂ ਦੇ ਮੈਂ ਨਾਂ ਅਨਾਊਂਸ ਕੀਤੇ ਆ ਉਹਨਾਂ ਸੱਜਾਂ ਨੂੰ ਬੇਨਤੀ ਗਰਾਊਂਡ ਜਾਣ, ਜਿਹਨਾਂ ਸੱਜਾਂ ਦੇ ਪਹਿਲਾਂ ਮੈਂ ਨਾਂ ਸਾਰੇ ਸਟੇਜ ਤੋਂ ਅਨਾਊਂਸ ਕਰ ਚੁੱਕਾ ਹੈ, ਤੇਰੀ ਬੇਨਤੀ ਆ ਜੀ ਪ੍ਰਧਾਨ ਸਾਹਿਬ ਤੁਸੀਂ ਬੱਬੀ ਕਲੇਰ ਜੀ ਅਵਤਾਰ ਸਿੰਘ ਨਾਲ ਜਾਓ ਜੀ, ਬਾਈ ਜਸਵਿੰਦਰ ਸਿੰਘ ਜੀ ਬਰਾੜ ਸਾਹਿਬ, ਬਲਜੀਤ ਸਿੰਘ ਜੀ ਨੰਬਰਦਾਰ ਸਾਹਿਬ ਸਾਡੇ ਕਮੇਟੀ ਮੈਂਬਰ ਨੇ, ਸਾਰਿਆਂ ਨੂੰ ਬੇਨਤੀ ਆ ਵੀ ਗਰਾਊਂਡ ਪਹੁੰਚਣ ਜੀ। ਔਰ ਅਸੀਂ ਧੰਨਵਾਦ ਕਰਦੇ ਹਾਂ ਸਾਰੇ ਜਿੰਨੀਆਂ ਵੀ ਮਹਾਨ ਸ਼ਖਸੀਅਤਾਂ, ਠੀਕ ਹੈ ਜੀ, ਭਜਨ ਸਿੰਘ ਜੀ ਕਲੇਰ ਸਾਹਿਬ ਉਹ ਪਹੁੰਚਣਗੇ ਜੀ ਨਾਲ, ਬਹੁਤ ਮਿਹਰਬਾਨੀ, ਧੰਨਵਾਦ। ਪੂਰਨ ਸਿੰਘ ਜੀ ਨੰਬਰਦਾਰ ਸਾਹਿਬ, ਅਜੇ ਕੁਮਾਰ ਜੀ, ਭਗਤ ਰਾਮ ਐਂਡ ਕੰਪਨੀ ਵਾਲੀ, ਸਾਰੇ ਸੱਜਣਾਂ ਨੂੰ ਬੇਨਤੀ ਜਾਓ ਜੀ, ਸਾਰੇ ਸੱਜਣਾਂ ਦਾ ਬਹੁਤ ਵੱਡਾ ਸਹਿਯੋਗ ਆ, ਜੋਗਿੰਦਰ ਸਿੰਘ ਜੀ ਗਿੱਲ ਸਾਹਿਬ, ਬਲਵੰਤ ਸਿੰਘ ਜੀ ਗਿੱਲ, ਇੱਕ ਸਾਈਡ 'ਤੇ ਕਰੋ, ਔਗੜ ਅਤੇ ਜੀਰਾ ਅਗਲੇ ਮੈਚ ਲਈ ਇਹ ਟੀਮਾਂ ਤਿਆਰ ਹੋ ਜਾਣ, ਔਗੜ ਅਤੇ ਜੀਰਾ। ਹਾਂਜੀ ਗੋਲਡੀ ਭਿੰਡਰਾਂ ਵਾਲਾ ਗਰਾਊਂਡ ਦੇ ਵਿੱਚ ਪਹੁੰਚੇ, ਗੋਲਡੀ ਭਿੰਡਰਾਂ ਵਾਲਾ। ਸੋ ਇੰਟਰੋਡਕਸ਼ਨ ਹੋਣ ਲੱਗ ਗਿਆ, ਨਾਂ ਅਨਾਊਂਸ ਨਿਵੇਂ ਕਰਦੇ ਇੱਕ ਵਾਰੀ ਫਿਰ। ਹਾਂਜੀ ਸੋ ਜਿੰਨੇ ਵੀ ਸਾਡੇ ਇਹਨਾਂ ਦੇ ਵੀਰ ਸੰਯੋਗੀ ਸਜਣ, ਜਿਹਨਾਂ ਵਿੱਚ ਗੁਰਨੈਲ ਸਿੰਘ ਜੀ ਸੰਧੂ ਸਾਹਿਬ, ਰਾਮ ਸਿੰਘ ਜੀ ਗਿੱਲ ਸਾਹਿਬ, ਸਾਡੇ ਕਲੱਬ ਦੇ ਪ੍ਰੈਜੀਡੈਂਟ ਅਵਤਾਰ ਸਿੰਘ ਜੀ ਕਲੇਰ, ਔਰ ਜਨਰਲ ਸਕੱਤਰ ਬੱਬੀ ਸਾਡਾ ਵੀਰ ਬਲਵੰਤ ਸਿੰਘ ਜੀ, ਸਾਰੇ ਵੀ ਪਹੁੰਚੇ ਨੇ,
ਜਸਵਿੰਦਰ ਬਰਾੜ ਜੀ, ਬਲਜੀਤ ਨੰਬਰਦਾਰ, ਔਰ ਨਾਲ ਹੀ ਮੈਂ ਦੇਖ ਰਿਹਾ ਵੀ ਸਤਨਾਮ ਸਿੰਘ ਜੀ ਗਿੱਲ ਸਾਹਿਬ, ਸਾਰੇ ਵੀਰਾਂ ਦਾ ਬਹੁਤ ਧੰਨਵਾਦ ਜੀ। ਜਿੰਨੀਆਂ ਵੀ ਸਤਿਕਾਰਯੋਗ ਥਾਣਾ ਸਿੰਘ ਜੀ ਸਰਾਂ, ਸਾਰੇ ਵੀਰਾਂ ਦਾ ਬਹੁਤ ਧੰਨਵਾਦ। ਜਿੰਨੀਆਂ ਵੀ ਸਤਿਕਾਰਯੋਗ ਜਸਵਿੰਦਰ ਸਿੰਘ ਜੀ ਗਿੱਲ ਸਾਹਿਬ, ਭਗਵਾਨ ਸਿੰਘ ਜੀ ਗਿੱਲ ਸਾਹਿਬ, ਔਰ ਡਾਕਟਰ ਵਰਿੰਦਰ ਤੌਰ ਜੀ, ਬਹੁਤ ਧੰਨਵਾਦ ਜੀ। ਔਰ ਨਾਲ ਹੀ ਜਦਵਿੰਦਰ ਸਿੰਘ ਜੀ ਥਾਣਾ ਸਿੰਘ ਜੀ ਸਰਾਂ, ਬਲਵੰਤ ਸਿੰਘ ਜੀ ਕਲੇਰ, ਜੋਰਾ ਸਿੰਘ ਜੀ ਸੰਧੂਣਾ, ਜੋਰਾ ਸਿੰਘ ਜੀ ਗਿੱਲ ਸੰਧੂਣਾ ਵਿਸ਼ੇਸ਼ ਤੌਰ 'ਤੇ ਪੁੱਜੇ ਨੇ, ਬਹੁਤ ਧੰਨਵਾਦ ਜੀ। ਔਰ ਗਿੱਲ ਸਰ ਸਟੇਸ਼ਨ ਵਾਲੇ ਪੁੱਜੇ ਨੇ, ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ ਸਾਰੇ ਵੀਰਾਂ ਦੇ ਪਹੁੰਚਣ 'ਤੇ। ਇੱਥੇ ਨੂੰ ਜੀਆਂ ਆਖਿਆ ਜਾਂਦਾ ਜੀ, ਜੋ ਆਪਣੇ ਕੀਮਤੀ ਸਮੇਂ 'ਚੋਂ ਮਹਿੰਦਰ ਸਿੰਘ ਜੀ ਗਿੱਲ ਸਾਹਿਬ, ਅਵਤਾਰ ਸਿੰਘ ਜੀ ਗਿੱਲ, ਜੋ ਖਿਡਾਰੀਆਂ ਨਾਲ ਜਾਣ ਪਛਾਣ ਕਰਦੇ ਨੇ। ਖਿਡਾਰੀ ਵੀਰ ਮੂਹਰੇ ਬੈਠ ਜਾਓ ਜੀ, ਖਿਡਾਰੀ ਅੱਗੇ ਬੈਠ ਜਾਣਾ। ਹਾਂਜੀ ਸ਼ਰਮਾ ਜੀ, ਅਕਾਲ ਸਰ ਮੋਗਾ ਅਤੇ ਡਾਲਾ, ਇਹ ਮੁਕਾਬਲਾ ਬਸ ਕੁਝ ਹੀ ਮਿੰਟਾਂ ਤੋਂ ਬਾਅਦ ਸ਼ੁਰੂ ਹੋਣ ਜਾ ਰਿਹਾ। ਪੰਜਾਬ ਲਾਈਫ ਡੋਟ ਕੋਮ ਵਾਲੇ ਵੀਰਾਂ ਦਾ ਵੀ ਧੰਨਵਾਦ, ਗੱਬਰ ਸਾਊਂਡ ਸਰਵਿਸ ਵੀਰ ਦਾ ਵੀ ਧੰਨਵਾਦ। ਕੁਝ ਹੀ ਮਿੰਟਾਂ ਦੇ ਵਿੱਚ ਬਸ ਸਾਨਾਂ ਦਾ ਹੀ ਭੇਟ ਸ਼ੁਰੂ ਕਰਾ ਦੇਣੇ ਨੇ। ਬਾਈ ਵੀਰੇ ਖੜ੍ਹ ਜਾ ਲੈਣ 'ਚ, ਆ ਯਾਰ ਵੀਰਾ। ਯਾਦਗਾਰੀ ਸਨੈਪ ਕਦੇ ਨਾ ਭੁੱਲਣ ਵਾਲੀ, ਭੁੱਲ ਯਾਦ, ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਬੁਢੇਪਾ ਵੀ ਚਲਾ ਜਾਏਗਾ, ਯਾਦਗਾਰੀ ਕੇ ਲੀਏ ਫੋਟੋ ਹੀ ਰਹਿ ਜਾਏਗਾ, ਯਾਦਗਾਰੀ ਕੇ ਲੀਏ ਫੋਟੋ ਹੀ ਰਹਿ ਜਾਏਗਾ। ਕਦੇ ਨਾ ਭੁੱਲਣ ਵਾਲੀ ਅਭੁੱਲ ਯਾਦ, ਅੱਜ ਦੇ ਸੀਨ ਪਲਾਂ ਨੂੰ ਕੈਮਰੇ ਦੀ ਅੱਖ ਵਿੱਚ ਕਵਰ ਕਰਦੇ ਨੇ ਸਾਡੇ ਵੀਰ ਸੂਤ ਦੀਜਾ ਸਟੂਡੀਓ ਵਾਲੇ, ਔਰ ਨਾਲ ਹੀ ਪੰਜਾਬ ਲਾਈਵ ਵਨ ਵਾਲੇ, ਇਕੱਲੇ ਇਕੱਲੇ ਜਥੇ ਨੂੰ ਅਤੇ ਇਕੱਲੀ ਇਕੱਲੀ ਕਬੱਡੀ ਨੂੰ, ਸਾਡੇ ਸਹਿਯੋਗੀ ਸਜਾ ਦੀਆਂ ਜਿਹੜੀਆਂ ਤਸਵੀਰਾਂ ਵੱਖ ਵੱਖ ਮੁਲਕਾਂ 'ਚ ਬੈਠੇ ਸਾਡੇ ਪ੍ਰਵਾਸੀ ਵੀਰ, ਚਾਹੇ ਕੋਈ ਕੈਨੇਡਾ 'ਚ ਬੈਠਾ, ਚਾਹੇ ਅਮਰੀਕਾ 'ਚ ਬੈਠਾ ਜੀ, ਵਰਲਡ ਦੇ ਕਿਸੇ ਵੀ ਕੋਨੇ 'ਚ ਬੈਠਾ ਇੱਥੇ ਅੱਜ ਦੇ ਇਸ ਟੂਰਨਾਮੈਂਟ ਨੂੰ ਦੇਖ ਰਿਹਾ ਜੀ, ਉਹਨਾਂ ਵੀਰਾਂ ਦਾ ਵੀ ਬਹੁਤ ਧੰਨਵਾਦ ਜੀ, ਜਿਹਨੇ ਆ ਵੀ ਸਤਿਕਾਰਯੋਗ ਸ਼ਖਸੀਅਤਾਂ ਸਾਡੀਆਂ ਸਾਡੇ ਦਰਮਿਆਨ ਪਹੁੰਚੀਆਂ ਨੇ। ਅਸੀਂ ਮਾਫ਼ੀ ਚਾਹਾਂਗੇ ਕਈਆਂ ਦੇ ਅਸੀਂ ਨਾਂ ਨਹੀਂ ਨੁਸਖ ਸੀ, ਕਿਉਂਕਿ ਸਾਰਿਆਂ ਦੇ ਮੈਂ ਨਾਂ ਨਹੀਂ ਜਾਣਦਾ ਗਾ, ਨਾ ਪਰਮਾਤਮਾ ਆਪ ਜਾਣਦਾ ਜੀ, ਸਾਡੇ ਲਈ ਸਾਰੇ ਰੱਬ ਦੇ ਸਮਾਨ ਆ ਜੀ। ਭਿੰਡਰਾਂ ਵਾਲਾ ਗੋਲਡੀ ਜਲਦੀ ਗਰਾਊਂਡ ਦੇ ਵਿੱਚ ਪਹੁੰਚੇ, ਗੋਲਡੀ ਭਿੰਡਰਾਂ ਵਾਲਾ ਸਾਡੇ ਲਈ ਸਾਰੇ ਰੱਬ ਦੇ ਸਮਾਨ ਨੇ। ਮੈਂ ਬੋਲਾਂ ਚਾਹੇ ਨਾ ਬੋਲਾਂ, ਇੱਕੋ ਸ਼ਬਦ ਸਾਰਿਆਂ ਨੇ ਕਹਾਂਗਾ, ਮੈਂ ਬੋਲਾਂ ਚਾਹੇ ਨਾ ਬੋਲਾਂ, ਮੈਂ ਸਭ ਨੂੰ ਰੱਬ ਦੀ ਥਾਂ ਬੋਲਾਂ, ਇੱਥੇ ਹਰ ਸ਼ਖਸੀਅਤ ਨਾਮੀ ਹੈ, ਮੈਂ ਕਿਹਦਾ ਕਿਹਦਾ ਨਾ ਬੋਲਾਂ, ਇੱਥੇ ਹਰ ਸ਼ਖਸੀਅਤ ਨਾਮੀ ਹੈ, ਮੈਂ ਕਿਹਦਾ ਕਿਹਦਾ ਨਾ ਬੋਲਾਂ। ਸਾਰੀਆਂ ਸਤਿਕਾਰਯੋਗ ਸ਼ਖਸੀਅਤਾਂ ਜਿੰਨੀਆਂ ਪੁੱਜੀਆਂ ਨੇ, ਸ਼ਹਿਰ ਨਿਵਾਸੀ ਸਾਰੇ ਪੁੱਜੇ ਨੇ, ਸੋ ਸਾਰਿਆਂ ਨੂੰ ਅਕਾਲਸਰ ਯੂਥ ਕਲੱਬ ਦੇ ਨੁਮਾਇੰਦਿਆਂ ਵੱਲੋਂ ਜੀਆਂ ਆਖਿਆ ਜਾਂਦਾ ਏ, ਕੋਟਨ ਕੋਟ ਧੰਨਵਾਦ ਕੀਤਾ ਜਾਂਦਾ ਏ। ਮੈਕੋ ਟੂ ਗਰਾਊਂਡ। ਭਾਈ ਭਿੰਡਰਾਂ ਵਾਲਾ ਗੋਲਟੀ ਨੂੰ ਬੇਨਤੀ ਹੈ ਵੀ ਖਿਡਾਰੀਆਂ ਦੀ ਵੇਟ ਕਰੀ ਜਾਂਦੇ ਆ, ਜਲਦੀ ਗਰਾਊਂਡ 'ਚ ਆਵੇ ਗੋਲਟੀ ਭਿੰਡਰਾਂ ਵਾਲਾ। ਲਓ ਦਰਸ਼ਕ ਵੀਰੋ, ਮੁਕਾਬਲਾ ਅਕਾਲਸਰ ਮੋਗਾ ਅਤੇ ਡਾਲੇ ਟੀਮਾਂ ਦੇ ਦਰਮਿਆਨ ਸ਼ੁਰੂ ਹੋ ਚੁੱਕਿਆ ਹੈ। ਅਰਦਾਸ ਕਰਕੇ ਜਦ ਵੀ ਕਾਰਜ ਸ਼ੁਰੂ ਕਰਦੇ, ਫਿਰ ਜੀਤ ਹੀ ਜੀਤ ਪੰਜਾਬੀਆਂ ਦੀ, ਆਏ ਗਏ ਦੀ ਸੇਵਾ ਵਿੱਚ ਨਹੀਂ ਕੋਈ ਕਸਰ ਛੱਡਦੇ। ਇਹ ਵੀ ਮੁੱਢ ਤੋਂ ਹੈ ਰੀਤ ਪੰਜਾਬੀਆਂ ਦੀ, ਜਬਰ ਜ਼ੁਲਮ ਨੂੰ ਮੁੱਢ ਤੋਂ ਕੱਟ ਦੇਵੇ ਤੇ ਜਦ ਵੀ ਉੱਠੇ ਸ਼ਮਸ਼ੀਰ ਪੰਜਾਬੀਆਂ ਦੀ, ਬੜਿੰਗ ਦੇਸ਼ ਲਈ ਸ਼ਹੀਦੀਆਂ ਪਾਉਣ ਵਿੱਚ ਸਭ ਤੋਂ ਪਹਿਲੀ ਕਤਾਰ ਹੈ ਵੀਰ ਪੰਜਾਬੀਆਂ ਦੀ। ਲਓ ਉਧਰੋਂ ਡਾਲੇ ਵੱਲੋਂ ਜੋਤੀ ਨੌਜਵਾਨ ਕਰਦਾ ਹੋਇਆ ਰੇਡ, ਕਹਿੰਦੇ ਵੀ ਪਤਾ ਹੈ ਪੰਗਾ ਪੈ ਤੋਂ ਲੱਗਦਾ, ਕਿਹੜਾ ਰੇਰ ਬਰਾਬਰ ਕਰਦਾ, ਲੱਗ ਜਾਂਦਾ ਪਤਾ ਫਿਰ ਦੇਸੀ ਘਿਓ ਵਿੱਚ ਖਾਧੀਆਂ ਚੋਰੀਆਂ ਦਾ, ਕਿਹਨੇ ਪੀਤਾ ਤਿਉੜ, ਕਿਹਨੇ ਦੁੱਧ ਚੁੰਘਿਆ ਬੋਰੀਆਂ ਦਾ। ਕਹਿੰਦੇ ਗਾਜੀਆਣੇ ਦਾ ਕਾਰਾ ਗਿਣਿਆ ਜਾਫੀ ਪੈੜਾ ਬਾਲਾ, ਬਈ ਤੀਰਥ ਗੱਖਲਾ ਵਾਲਾ ਚੰਗਾ, ਜੀਤਾ ਮੌੜ ਤੇ ਕਾਲਾ ਸੰਘਾ, ਜਿੰਦਰ ਖਾਨੋ ਵਾਲੀਆ ਖੇਡੇ ਖੇਡ ਕੜਾਕੇ ਦੀ,
ਦੁਨੀਆ ਖੜ ਖੜ ਖੇਡ ਹੈਵੇਂ ਦੀ ਫੌਜੀ ਘੁਰੜ ਛਾਪੇ ਦੀ ਗੋਲ ਦੀ ਭਿੰਡਰਾਂ ਵਾਲਾ ਜਲਦੀ ਗਰਾਊਂਡ 'ਚ ਪਹੁੰਚੇ ਗੋਲ ਦੀ ਭਿੰਡਰ ਕਲਾ ਲਵੇ ਇੱਧਰ ਅਕਾਲ ਸਰ ਮੋਗੇ ਵੱਲੋਂ ਪੈਂਦੀ ਹੋਈ ਕਬੱਡੀ ਤੇ ਨਾਲੇ ਦੀ ਧਰਤੀ ਵੱਲੋਂ ਜੱਫਾ ਲੱਗਦਾ ਹੋਇਆ ਪੁਆਇੰਟ ਜਾਫੀਆਂ ਦੇ ਖਾਤੇ ਦੇ ਵਿੱਚ ਬਾਜੀ ਨੇ ਜੱਫਾ ਲਾ ਕੇ ਇੱਕ ਅੰਕ ਦਾ ਵਾਧਾ ਕੀਤਾ ਇੱਧਰੋਂ ਜੋਤੀ ਨੌਜਵਾਨ ਕਰਦਾ ਹੋਇਆ ਰੇਡ ਮੱਸਿਆ ਤੇ ਮੇਲੇ ਨੇ ਪੰਜਾਬ ਦਾ ਸ਼ਿੰਗਾਰ ਬਈ ਤੀਆਂ ਦੀ ਤਾਂ ਹੁੰਦੀ ਇੱਕ ਵੱਖਰੀ ਨਹਾਰ ਬਈ ਉਦੋਂ ਵੱਜਦਾ ਹੈ ਰੰਗ ਹੋ ਕੇ ਮਸਤ ਮਲੰਗ ਗੇੜੇ ਮੇਲੇ ਵਿੱਚ ਦੇਣ ਜਦੋਂ ਨੱਡੀਆਂ ਤੇ ਮੁੰਡੇ ਗੱਭਰੂ ਪੰਜਾਬ ਦੇ ਪਾਉਣ ਭੰਗੜੇ ਤੇ ਖੇਡਣ ਕਬੱਡੀਆਂ ਬਈ ਮੁੰਡੇ ਗੱਭਰੂ ਪੰਜਾਬ ਦੇ ਆ ਬਾਈ ਇੱਟਾਂ ਫੌਜੀ ਸਾਹਿਬ ਸਾਈਡ ਤੇ ਕਰਿਓ ਜੀ ਆ ਬੱਬੀ ਪਤਾ ਨੀ ਕੀ ਪੰਗੇ ਲਈ ਜਾਂਦਾ ਕਈ ਵਾਰ ਸੱਟ ਫੇਰ ਵੱਜ ਜਾਂਦੀ ਆ ਬਾਈ ਸ਼ਿੰਦੇ ਉਹ ਮਰੇ ਆ ਸਾਈਡ ਤੇ ਕਰ ਦੋ ਖਰਾਰੀ ਆ ਗਈ ਸਿੱਧਰ ਕੋਈ ਡੈਗ ਡੁੱਗ ਪੈਂਦਾ ਯਾਰ ਕਈ ਵਾਰ ਸੱਟ ਲੱਗ ਜਾਂਦੀ ਆ ਆ ਨਾਲ ਸੀ ਗੋਲ ਦੀ ਭਿੰਡਰਾਂ ਵਾਲੇ ਨੂੰ ਵਾਰ ਵਾਰ ਬੇਨਤੀ ਵੀ ਗਰਾਊਂਡ 'ਚ ਜਲਦੀ ਪਹੁੰਚੇ ਗੋਲ ਦੀ ਭਿੰਡਰਾਂ ਵਾਲਾ ਸ਼ਰਮਾ ਜੀ ਇਹਦਾ ਜੱਗੀ ਭਲਵਾਨ ਵੱਲ ਵੇਖਦਾ ਪਤੰਦਰਾ ਤੇਰਾ ਵੀ ਸਰੀਰ ਆ ਤੇ ਇੱਧਰ ਝਾਕਲਾ ਵੇਖਦਾ ਮੁੰਡੇ ਦਾ ਸਾਂਭਾ ਸਰੀਰ ਆ ਟੈਡ ਵੇਖਲਾ ਕਿਵੇਂ ਜਿਵੇਂ ਆਤੇ ਚ ਪ੍ਰਾਣ ਚਾਤਾ ਪਿਆ ਹਾਂ ਵੇਖਲਾ ਧੁੰਨੀ ਕਿਵੇਂ 2 ਇੰਚੀ ਦੇ ਪੈਰ ਪੜ ਗਈ ਆ ਸਰੀਰ ਸਾਂਭਿਆ ਮੁੰਡੇ ਦਾ ਇੱਥੇ ਰੱਖ ਮਾਰ ਵੀ ਜੱਗੀ ਭਲਵਾਨ ਡੰਡ ਮਾਰਦੇ ਮਾਰੇ ਜੇ ਸ਼ਹਿਰ ਦੀ ਥੋੜੀ ਵਧੀਆ ਗੱਲ ਆ ਵੀ ਰੌਣਕ ਬਣਾ ਦਿੱਤੀ ਮੁੰਡੇ ਨੇ ਟੂਰਨਾਮੈਂਟ ਦੀ ਮਾਣ ਲਈ ਅੱਜ ਤੇਰੇ ਜੱਫਾ ਲੱਗ ਚੁੱਕਿਆ ਤਾਲੀਆਂ ਮਾਰ ਦੋ ਬਈ ਕਹਿੰਦੇ ਕੌਡੀ ਪਾਤੀ ਤੇ ਕੈਂਚੀ ਲਾਤੀ ਜ਼ੋਰ ਵੀ ਲਾਤਾ ਸਾਰਾ ਜੱਫਾ ਭਰਿਆ ਗਿਆ ਗੱਭਰੂ ਨੂੰ ਤੇ ਪੈ ਗਿਆ ਚੀਨ ਚੰਗਾਰਾ ਦਰਸ਼ਕ ਹੋ ਗਏ ਬੱਬਾਂ ਤੇ ਮੈਦਾਨ ਗੂੰਜ ਗਿਆ ਸਾਰਾ ਮੇਰੇ ਪੰਜਾਬ ਦੇ ਕੋਲ 100 ਰੁਪਿਆ ਜਾਫੀ ਦੇ ਲਈ ਅੱਜ ਵੇਖਲ ਦੇਖ ਨਜ਼ਾਰਾ ਹਾਂਜੀ ਆ ਜਸਿੰਦਰ ਸਿੰਘ ਪੱਪੀ ਸਾਹਿਬ ਇਹਨਾਂ ਦੇ 100 ਰੁਪਿਆ ਹੀ ਜਾਫੀ ਦੇ ਲਈ ਪਹੁੰਚਿਆ ਏ ਜਿਹੜੇ ਮੁੰਡੇ ਜੱਫਾ ਲਾਏ ਆ ਨਾਲ ਹੀ ਅਜੇ ਕੁਮਾਰ ਜੀ ਭਗਤਰਾਮ ਐਂਡ ਕੰਪਨੀ ਵਾਲੇ ਉਹਨਾਂ ਦੇ 100 ਰੁਪਏ ਪਹੁੰਚਿਆ ਹੋਏ ਔਰ 100 ਰੁਪਿਆ ਬੱਬੀ ਕਲੇਰ ਵੱਲੋਂ ਆ ਇੱਥੇ ਰੱਖ ਇਹਦੇ ਨਾਲ ਮਾਲ ਤਾੜੀਆਂ ਜੱਗੀ ਭਲਵਾਨ ਦੇ ਨਾਂ ਤੇ ਯਾਰ ਚੱਲਦੇ ਗੱਭਰੂ ਦਾ ਭਾਗ ਬੜੀ ਲਓ ਬਈ ਜੋਤੀ ਫੇਰ ਨੌਜਵਾਨ ਰੇਡ ਕਰਦਾ ਹੋਇਆ ਹਾਂਜੀ ਲਾਭੇ ਤੇ ਜੋਤੀ ਦੀ ਪੈਂਦੀ ਹੋਈ ਕਬੱਡੀ ਸਾਹਮਣੇ ਅਕਾਲ ਸਰ ਮੋਗੇ ਦੇ 4 ਜਾਫੀ ਨੇ ਉਧਰ ਹਲਕਾ ਜਿਹਾ ਟੱਚ ਕਰ ਦਿੱਤਾ ਨੌਜਵਾਨ ਨੇ ਕਹਿੰਦੇ ਕਬੱਡੀ ਪੈਂਦੀ ਆ ਜਵਾਨੀ ਖੈਂਦੀ ਆ ਦਿਲ ਫਿਰ ਧੱਕ ਧੱਕ ਕਰਦਾ ਜਦੋਂ ਜਾਫੀ ਰੇਡ ਨੂੰ ਫੜਦਾ ਵਾਹ ਬਈ ਵਾਹ ਮਾਰੋ ਤਾੜੀਆਂ ਵੀ ਦਰਸ਼ਕ ਵੀਰੋ ਬਈ ਵਾਹ ਤਾਵੇ 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 ਲੁਧਿਆਣੇ ਪੇਸ਼ੈਂਟ ਤੇ ਬੁੜਾ ਬੁੜੀ ਨੂੰ ਘੜੀਸੀ ਜਾਵੇ ਪੁਆਇੰਟ ਰੇਡ ਦੇ ਖਾਤੇ ਦੇ ਵਿੱਚ ਹਾਂਜੀ 300 ਰੁਪਿਆ ਪਹੁੰਚਿਆ ਬਹੁਤ ਬਹੁਤ ਧੰਨਵਾਦ ਜੀ 100 ਰੁਪਿਆ ਵੱਲੋਂ ਸਾਡੇ ਪਾਲੀ ਦੇ ਲਈ ਵੱਡੇ ਮਾਨ ਪਹੁੰਚੇ ਨੇ ਔਰ ਪੱਪੀ ਗੁਲਾਬ ਗੁਲਫਾਨ ਕਾਰ ਬਾਜ਼ਾਰ ਐਂਡ ਪਾਲੀ ਐਡਵਾਈਜ਼ਰ ਵੱਡਾ ਸਹਿਯੋਗ ਆ ਸਾਡਾ ਇਹਨਾਂ ਦੇ ਨਾਲ ਬਹੁਤ ਧੰਨਵਾਦ ਜੀ ਨੋਟਾਂ ਦੀ ਵਰਖਾ ਕਰ ਰਹੇ ਨੇ ਜਿੱਥੇ ਇਹਨਾਂ ਨੇ ਸਾਨੂੰ ਟੂਰਨਾਮੈਂਟ ਕਮੇਟੀ ਨੂੰ ਵੱਡੀ ਸੇਵਾ ਦਿੱਤੀ ਹੈ ਉੱਥੇ ਖਿਡਾਰੀਆਂ ਦਾ ਵੱਡਾ ਮਾਨ ਕਰ ਰਹੇ ਨੇ ਲਓ ਇੱਧਰੋਂ ਭਿੰਡਰਾਂ ਵਾਲਾ ਸ਼ਕੀਨ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ ਸਾਹਮਣੇ ਦੇਖਦੇ ਆ ਬਈ ਸਫਲ ਵੀ ਉਹੀ ਲੋਕ ਹੁੰਦੇ ਨੇ ਜੋ ਕੁਝ ਕਰਨ ਜਾਣਦੇ ਨੇ ਸਫਲ ਵੀ ਉਹੀ ਲੋਕ ਹੁੰਦੇ ਨੇ ਜੋ ਕੁਝ ਕਰਨ ਜਾਣਦੇ ਨੇ ਤੇ ਜਿੱਤਦੇ ਵੀ ਦੋਸਤੋ ਉਹੀ ਆ ਜੋ ਹਾਰਨ ਜਾਣਦੇ ਨੇ ਐਵੇਂ ਗੱਲਾਂ ਨਾਲ ਦੋਸਤੋ ਪਹਾੜ ਨਹੀਂ ਉਸਰਦੇ ਜ਼ਿੰਦਗੀ ਉਹਨਾਂ ਦੀ ਆ ਜਿਹੜੇ ਮਰਨ ਜਾਣਦੇ ਨੇ ਜੀਆਂ ਕਹਿੰਦੇ ਆ ਚਮਕੌਰ ਸਿੰਘ ਜੀ ਗਿੱਲ ਸਾਹਿਬ ਪਹੁੰਚੇ ਨੇ ਬਹੁਤ ਮਿਹਰਬਾਨੀ ਚਮਕੌਰ ਸਿੰਘ ਜੀ ਗਿੱਲ ਸਾਹਿਬ ਤੇ ਜਾਫੀਆਂ ਦਾ ਨਾਂ ਪੁੱਛ ਲਿਆ ਕਰ ਠੀਕ ਆ ਇੱਧਰ ਫਿਰ ਮੁੰਡੇ ਦਾ ਮਾਨਤਾ ਨਹੀਂ ਕਰਾਉਣਾ ਹੈਲੋ ਅਮਨਾ ਜਾਦੇ ਪਿੰਡ ਕਹਿੰਦੇ ਚੰਦ ਪੁਰਾਣਾ ਰੇਡ ਕਰਦਾ ਹੋਇਆ ਖਿਲਾਰੀਆਂ ਨੇ ਬਾਹਾਂ ਤੇ ਰੋਕ ਲੋ ਸਾਹਾਂ
ਗਾਦਲੋਂ ਨਿਗਾਹਾਂ ਦੇਖੋ ਕਿੱਥੇ ਟੱਚ ਮਾਰਦਾ, ਉਧਰ ਸ਼ੇਰਾਂ ਦੇ ਬੂਹੇ ਦੇਖੋ ਕਿਵੇਂ ਸ਼ੇਰ ਲਲਕਾਰਦਾ, ਜਸ਼ੀਲੇ ਜਾਫੀਆਂ ਮਾਰੀਆਂ ਥਾਪੀਆਂ ਘੇਰ ਕੇ ਦਿਖਾਉਣਗੇ, ਇਹਨਾਂ ਦੇ ਹੱਥ ਰਿੰਚਾਂ ਵਰਗੇ ਆ, ਗੁੱਟੋਂ ਫੜ ਕੇ ਮਨਾਉਣਗੇ। ਪੁਆਇੰਟ ਜਿਹੜਾ ਜਾਫੀ ਦੇ ਖਾਤੇ ਦੇ ਵਿੱਚ ਬਾਜੀ ਨੇ ਜਫਲ ਆਇਆ। ਚੱਲ ਵੀ ਗੱਭਰੂ ਆਪਾਂ ਕਬੱਡੀ, ਚਿੱਟੀ ਪੱਟੀ ਦੇ ਵਿੱਚ ਨੌਜਵਾਨ ਪਾਉਣਾ ਹੋਇਆ ਕਬੱਡੀ, ਕੋਈ ਲਾਲ ਕੱਛਾ ਪਾ ਕੇ ਤੇ ਕੋਈ ਕਾਲਾ ਕੱਛਾ ਪਾ ਕੇ ਹੈ ਕਬੱਡੀ ਖੇਡਦਾ, ਬਈ ਲੱਖਾਂ ਦੇ ਵਿੱਚ ਮੁੱਲ ਪੈਂਦਾ, ਕੱਲੀ ਕੱਲੀ ਰੇਡ ਦਾ ਜਿੱਤਦਾ ਉਹੀ ਹੈ ਜਿਹਦੀ ਮਜ਼ਬੂਤ ਹੱਡੀ ਹੈ। ਖੇਡਣੀ ਕਬੱਡੀ ਯਾਰੋ, ਖੇਡਣੀ ਕਬੱਡੀ ਹੈ, ਤੇ ਕਈ ਹੁਣ ਖੇਡਦੇ ਤੇ ਕਈਆਂ ਖੇਡ ਖੇਡ ਛੱਡੀਆ। ਲਓ ਬਈ ਤੇ ਨੌਜਵਾਨ ਮਾਰੋ ਤਾਰੀਆਂ ਬਈ ਦਰਸ਼ਕ ਵੀਰੋ ਬਈ, ਫਿਰ ਜਫਾ ਲਾਇਆ ਨੌਜਵਾਨ ਨੇ, ਪਿੰਡਰਾਂ ਵਾਲੇ ਨੇ ਤੇ ਪੁਆਇੰਟ ਜਾਫੀ ਦੇ ਖਾਤੇ ਦੇ ਵਿੱਚ। ਲਓ ਬਈ ਅਮਨਾ ਫਿਰ ਨੌਜਵਾਨ, ਅਗਲੀ ਕਬੱਡੀ ਲਈ ਵਾਧਾ ਹੋਇਆ ਅਮਨਾ। ਹਾਂਜੀ, ਹੁਣ ਸ਼ਹਿਰ ਵਾਲੇ ਮੁੰਡੇ ਵੀ ਕਹਿੰਦੇ ਪੂਰੀ ਗੱਲ ਬਣ ਗਈ ਜੀ, ਪਿੰਡਾਂ ਨੂੰ ਕਬੱਡੀ ਵਿੱਚ ਛਾ ਗਏ ਆ। ਪਹਿਲਾਂ ਤਾਂ ਮੋਗਾ ਸੀਗਾ ਚਾਹ ਜੋਗਾ, ਤੇ ਹੁਣ ਤਾਂ ਕਬੱਡੀ ਦੇ ਜੀ ਬੱਲੇ ਬੱਲੇ, ਚਾਰ ਛਪੇਰੇ ਬੱਲੇ ਬੱਲੇ ਆ ਜੀ ਮੋਗੇ ਵਾਲਿਆਂ ਦੀ। ਹਾਂਜੀ ਅਮਨ, ਅਮਨ ਦੇ ਪੈਂਦੇ ਹੋਏ ਕਬੱਡੀ, ਕਹਿੰਦੇ ਨਾ ਕ੍ਰਿਕਟ ਨਾ ਗੋਲਫ, ਸਾਡੀ ਖੇਡ ਕਬੱਡੀ ਆ। ਇਟਲੀ, ਇੰਗਲੈਂਡ, ਕਨੇਡਾ ਜਾਂ ਹਰ ਥਾਂ ਝੰਡੀ ਗੱਡੀ ਆ। ਖੇਡ ਗਿਆ ਹਰਜੀਤ, ਬਣ ਜਿੰਦ ਜਾਨ ਪੰਜਾਬੀ ਦਾ, ਅਸੀਂ ਵਾਸੀ ਪੰਜਾਬ ਦੇ ਸਾਨੂੰ ਮਾਣ ਪੰਜਾਬੀ ਦਾ, ਅਸੀਂ ਵਾਸੀ ਪੰਜਾਬ ਦੇ ਸਾਨੂੰ ਮਾਣ ਪੰਜਾਬੀ ਦਾ। ਲੱਖ ਲੱਖ ਮੁਬਾਰਕਾਂ ਨੇ ਅਕਾਲਸਰ ਯੂਥ ਕਲੱਬ ਨੂੰ, ਜਿਨ੍ਹਾਂ ਨੇ ਮਿਹਨਤ ਅੱਜ ਰੰਗ ਲਈ ਆ। ਕਬੱਡੀ 70 ਕਿਲੋ ਦੇ ਵਿੱਚ ਬੜੀਆਂ ਉੱਚ ਕੋਟੀ ਦੀਆਂ ਟੀਮਾਂ ਪਹੁੰਚੀਆਂ ਨੇ। ਜੋਤੀ ਦੀ ਪੈਂਦੀ ਹੋਈ ਕਬੱਡੀ, ਸਾਹਮਣੇ ਚਾਰ ਜਾਫੀ। ਲਓ ਬਈ ਇੱਧਰ ਫੇਰ ਨੌਜਵਾਨ, ਗੋਲ ਦੀ ਪਿੰਡਰਾਂ ਦੀ ਧਰਤੀ ਦਾ, ਮਾਰੋ ਤਾਰਿਆਂ ਵੀ ਦਰਸ਼ਕ ਵੀਰੋ ਬਈ, ਜੱਫਾ ਲਾਉਣ ਦੀ ਫੇਰ ਕੋਸ਼ਿਸ਼ ਕਰਦਾ, ਤੇ ਫੌਜੀ ਸਾਹਿਬ ਵੀ ਪੂਰੀਆਂ ਕਚੀਚੀਆਂ ਲਈ ਜਾਂਦੇ ਨੇ ਬੈਠੇ। ਕਹਿੰਦੇ ਪੰਜਾਬੀਆਂ ਦਾ ਸਿੱਕਾ ਜੱਗ ਸਾਰਾ ਮੰਨਦਾ, ਹੁੰਦਾ ਜਿਵੇਂ ਫੈਰ ਫੌਜੀਆਂ ਦੀ ਗੰਨ ਦਾ। ਪੰਜਾਬੀਆਂ ਦਾ ਸਿੱਕਾ ਜੱਗ ਸਾਰਾ ਮੰਨਦਾ, ਹੁੰਦਾ ਜਿਵੇਂ ਫੈਰ ਫੌਜੀਆਂ ਦੀ ਗੰਨ ਦਾ। ਗੱਲ ਜਦੋਂ ਤੁਰਦੀ ਚਨਾਬ ਦੀ ਤੇ ਰੰਗਲੀ ਦੁਨੀਆਂ ਤੇ ਸਰਦਾਰੀ ਸਾਡੇ ਰੰਗਲੇ ਪੰਜਾਬ ਦੀ। ਲਓ ਉੱਧਰ ਫੌਜੀ ਸਾਹਿਬ ਦਾ ਪੁੱਤਰ ਪਾਉਂਦਾ ਹੋਇਆ ਕਬੱਡੀ ਦੇ ਸਾਹਮਣੇ, ਬਾਜੀ ਜੱਫਾ ਲਾਉਣ ਦੀ ਕੋਸ਼ਿਸ਼ ਕਰਦਾ, ਤੇ ਬਿਲਕੁਲ ਬਈ ਹੰਧਿਆਂ ਦੇ ਨੇੜੇ ਆ ਕੇ ਫੇਰ ਚੱਲ ਗਿਆ ਚੱਕਰ। ਲੋਕਾਂ ਨੂੰ ਰਾਤ ਨੂੰ ਨੀਂਦ ਪਤਾ ਨੀ ਕਿਸ ਤਰ੍ਹਾਂ ਆਉਂਦੀ ਹੈ, ਤੇ ਸਾਡੀ ਤਾਂ ਤਾਰੇ ਗਿਣਦਿਆਂ ਦੀ ਰਾਤ ਜਾਂਦੀ ਆ। ਆਪਣੀ ਬੁਲੰਦੀ ਦਾ ਦੋਸਤ ਤਾਂ ਮਾਣ ਨਾ ਕਰੀ, ਤੇ ਕਿਸ਼ਤੀ ਕਈ ਵਾਰ ਕਿਨਾਰੇ ਤੇ ਆ ਕੇ ਵੀ ਡੁੱਬ ਜਾਂਦੀ ਆ। ਲਓ ਡਾਲੇ ਵੱਲੋਂ ਕਬੱਡੀ ਤੇ ਪਿੰਡਰਾਂ ਵਾਲਾ ਨੌਜਵਾਨ ਫੇਰ ਕਹਿਰਬਾਨ ਜੱਫੇ ਦੀ ਗੱਲ ਕਰਦਾ, ਸੁਖਬੰਦਰ ਸਿੰਘ ਜੀ ਤੇ ਰਣਜੀਤ ਸਿੰਘ ਜੀ ਫਿੱਟੇ ਅੰਪਾਇਰਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਉੱਧਰ ਪੰਜਾਬ ਡੋਟ ਕੌਮ ਰਾਹੀਂ ਪੂਰੀ ਦੁਨੀਆਂ ਦੇ ਵਿੱਚ ਇਹ ਪੰਜਾਬ ਮੋਗੇ ਦਾ ਟੂਰਨਾਮੈਂਟ ਦਿਖਾਇਆ ਜਾ ਰਿਹਾ। ਅਗਲੀ ਕਬੱਡੀ ਫਿਰ ਚੰਦ ਪੁਰਾਣੇ ਵਾਲਾ ਅਮਨਾ, ਕਹਿੰਦੇ ਬਈ ਇਸ ਦੇ ਲਈ ਵੀ ਵਿਸ਼ੇਸ਼ ਮਾਨ ਸਨਮਾਨ ਦੇਣਾ ਹੋਊਗਾ, ਵੱਡੇ ਵੱਡੇ ਵਾਲ ਧੋਣ ਨੂੰ ਸ਼ੈਂਪੂ ਲੈਣ ਵਾਸਤੇ। ਲਾਹੌਰ ਕਹਿੰਦੇ ਕੋਨਾ ਮੋਨਾ ਵਹਿੜਕਾ ਹਲਵਾਰੇ ਤੇ ਬੇਟਾ ਵੇ। ਅਮਨੇ ਵੀ ਪੈਂਦੀ ਹੋਈ ਕਬੱਡੀ ਤੇ ਸਾਹਮਣੇ ਡਾਲੇ ਵਾਲੇ ਨੌਜਵਾਨ ਨੇ ਕੀਤੀ ਆ ਕੋਸ਼ਿਸ਼, ਦੇਖਦੇ ਹਾਂ ਵੀ ਬੈਗ ਏਅਰ ਵਿੱਚ ਵੱਡੀ ਪਾਈ ਤੇ ਪੁਆਇੰਟ ਰੇਡਰ ਦੇ ਖਾਤੇ ਦੇ ਵਿੱਚ। ਖੇਡਾਂ ਵਿੱਚੋਂ ਖੇਡ ਨਿਰਾਲੀ ਸ਼ਾਨ ਪੰਜਾਬੀਆਂ ਦੀ, ਇਸੇ ਵਿੱਚ ਹੀ ਵਸਦੀ ਲੋਕੋ ਜਾਨ ਪੰਜਾਬੀਆਂ ਦੀ। ਵਿੱਚ ਮੈਦਾਨ ਦੇ ਤਿਰਨਾ ਹੁੰਦਾ ਕੰਮ ਦਲੇਰਾਂ ਦਾ, ਤੇ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ। ਸਵਰਨ ਸਿੰਘ ਜੀ ਸਿਵੀਆ, 100 ਰੁਪਏ ਜਿਹੜਾ ਪਿੰਡਾਲਾ ਮੁੰਡੇ ਜਫਾ ਲਾਇਆ ਆਪਣੇ ਪਿੰਡ ਦੀ ਟੀਮ ਲਈ ਜੀ, ਉਹਨਾਂ ਦੇ ਵੱਡੇ ਮਾਣ ਆਏ ਆ। ਸਵਰਨ ਸਿੰਘ ਜੀ ਸਿਵੀਆਂ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ। ਆਈ ਵਿਸਾਖੀ ਥਾਂ ਥਾਂ ਛਿੰਝਾਂ ਦੇ ਮੇਲੇ, ਲਾ ਬਈ ਪਿੰਡਰਾਂ ਵਾਲਾ ਨੌਜਵਾਨ ਫਿਰ ਤਾਰੀਆਂ ਮਾਰਦੇ ਦਰਸ਼ਕ ਵੀਰੋ ਬਈ। ਕਹਿੰਦੇ ਵੀ ਰੋਂਦੇ ਜਵਾਕ ਨੂੰ ਸੰਤਰੇ ਦੀਆਂ ਫਾੜੀਆਂ ਫਾੜੀ ਤੇ ਬੰਗਾਲਣ ਨੂੰ ਸਾੜੀ ਤੇ ਖਿਡਾਰੀ ਨੂੰ ਤਾੜੀ, ਪੈਟਰੋਲ ਦਾ ਕੰਮ ਕਰਦੀ ਹੈ। ਪੁਆਇੰਟ ਫਿਰ ਮੋਗੇ ਦੇ ਖਾਤੇ ਦੇ ਵਿੱਚ ਜਮ੍ਹਾਂ ਹੋ ਚੁੱਕਿਆ। ਚੱਲ ਬਈ ਗੱਭਰੂਆ, ਆਈ ਵਿਸਾਖੀ ਥਾਂ ਥਾਂ ਛਿੰਝਾਂ ਦੇ ਮੇਲੇ, ਗੱਜ ਗੱਜ ਹਿੱਕਾਂ ਚੌੜੀਆਂ ਗੱਭਰੂ ਵਾਲੇ ਵੇਲੇ, ਚਮਕਣ ਲਹਿੰਗੇ ਰੇਸ਼ਮੀ ਕੁੜੀਆਂ ਮਟਿਆਰਾਂ, ਚੁੰਗੀਆਂ ਭਰਦੀਆਂ ਫਿਰਦੀਆਂ ਹਿਰਨਾਂ ਦੀਆਂ ਡਾਰਾਂ, ਬੱਚੇ ਇਹਨਾਂ ਦੀ ਮਾਰ ਤੋਂ ਕੋਈ ਟਾਵਾਂ ਟਾਵਾਂ ਹੋਏ, ਸੋਹਣੇ ਵਤਨ ਪੰਜਾਬ ਤੋਂ ਮੈਂ ਸਦਕੇ ਜਾਵਾਂ। ਮੈਂ ਓਵਰ ਟੂ ਸਟੇਜ। 100 ਰੁਪਇਆ ਜਿਹੜੇ ਮੁੰਡੇ ਫਿਰ ਜੱਫਾ ਲਾਇਆ ਭਿੰਡਰਾਂ ਵਾਲੇ, ਅਜੇ ਕੁਮਾਰ ਜੀ
ਇਹਨਾਂ ਵੱਲ ਪਹੁੰਚਿਆ ਏ ਭਗਤ ਰਾਮ ਐਂਡ ਕੰਪਨੀ ਵਾਲੇ ਵੱਡੀ ਜਿਹੜੀ ਜਿੱਥੇ ਰਾਸ਼ੀ ਸਾਨੂੰ 11,000 ਦੀ ਟੂਰਨਾਮੈਂਟ ਦਿੱਤੀ ਹੈ ਉੱਥੇ ਨਾਲ ਦੀ ਨਾਲ ਨਗਦ ਰਾਸ਼ੀ ਨਾਲ ਖਿਡਾਰੀਆਂ ਦਾ ਮਾਣ ਕਰ ਰਹੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਲਓ ਬਈ ਇਧਰ ਨੌਜਵਾਨ ਫਿਰ ਕਹਿੰਦੇ ਵੀ 19 ਤੋਂ 31 ਪਾਉਣੇ ਸੀ ਜਾਣਦੇ ਤੇ ਵੈਰੀ ਨੂੰ ਧਾਰਨ ਚ ਭਜਾਉਣਾ ਸੀ ਜਾਣਦੇ ਰਹਿਣ ਦਈਏ ਨਾ ਬਸ਼ੱਕ ਚੱਟ ਫੱਟੇ ਦਈਏ ਚੱਕ ਅੱਖਾਂ ਗਹਿਰੀਆਂ ਕਿਸੇ ਨੇ ਜਦੋਂ ਕੱਢੀਆਂ ਤੇ ਮੁੰਡੇ ਗੱਭਰੂ ਪੰਜਾਬ ਦੇ ਪਾਉਣ ਭੰਗੜੇ ਤੇ ਖੇਡਣ ਕਬੱਡੀਆਂ ਮੁੰਡੇ ਗੱਭਰੂ ਪੰਜਾਬ ਦੇ ਲਓ ਬਈ ਇਧਰ ਸ਼ੀਰਾ ਵੀ ਲੱਗਦਾ ਨੋਟ ਲੈ ਕੇ ਆ ਰਿਹਾ ਕਿਸ ਖਿਡਾਰੀ ਨੂੰ ਦੇਣੇ ਆ ਲਓ ਬਈ ਪਿੰਡਰਾਂ ਵਾਲੇ ਜਾਫੀ ਦੇ ਲਈ ਵੀਰ ਦਾ ਨਾਂ ਨਹੀਂ ਪਤਾ 50 ਰੁਪਏ ਦਾ ਨਹੀਂ ਗੋਇਦਾ ਦਾ ਪਤਾ ਜਿਹਨੇ ਪੈਸੇ ਦਿੱਤੇ ਉਹਦਾ ਨਹੀਂ ਪਤਾ 50 ਰੁਪਏ ਗੋਲ ਦੇ ਲਈ ਭੇਜੇ ਆ ਬਾਈ ਜੀ ਤੁਹਾਡਾ ਨਾਂ ਨਹੀਂ ਪਤਾ ਜੇ ਨਾਂ ਬੁਲਾਉਣਾ ਕੋਈ ਗੱਲ ਨਹੀਂ 50 ਮੇਰੇ ਵਾਸਤੇ ਭੇਜ ਦੋ ਦੱਸ ਦੂੰਗਾ ਲਓ ਇੱਧਰ ਪੈਂਦੀ ਹੋਈ ਕਬੱਡੀ ਨੌਜਵਾਨ ਦੀ ਸਾਹਮਣੇ ਫੇਰ ਨੌਜਵਾਨ ਨੇ ਝਾਂਜਰਾਂ ਵਾਲੇ ਗਿੱਟੇ ਤੋਂ ਕੀਤਾ ਕੈਚ ਤੇ ਬੜਾ ਵਧੀਆ ਚੱਲਦਾ ਹੋਇਆ ਮੈਚ ਮੈਂ ਤਾਂ ਦਰਸ਼ਕ ਦੇ ਇੱਕ ਪੈਰਾਂ ਦੀ ਤੋੜ ਹੈ ਕਾਸੇ ਜੋਗਾ ਨੇ ਇੱਧਰ ਨੌਜਵਾਨ ਦੀ ਪੁੱਠੀ ਕੈਂਚੀ ਲਾਈ ਆ ਕਹਿੰਦੇ ਵੀ ਆਪਣੇ ਦੰਦ ਚੀਨ ਦੀ ਕੰਧ ਬੜੀ ਮਜ਼ਬੂਤੀ ਹੁੰਦੀ ਆ ਤੇ ਜਦੋਂ ਪੈ ਜੇ ਪੁੱਠੀ ਕੈਂਚੀ ਗੱਲ ਕਸੂਤੀ ਹੁੰਦੀ ਆ ਕਸੂਤੀ ਗੱਲ ਬਣ ਗਈ ਸੀ ਮੈਂ ਪਹਿਲਾਂ ਵੀ ਕਰ ਰਿਹਾ ਸੀ ਮੈਂ ਤਾਂ ਮਿੱਟੀ ਦੇ ਸਮਾਨ ਆ ਕਹਿੰਦਾ ਮੈਂ ਲੋਕੋ ਕੁਝ ਵੀ ਨਹੀਂ ਤੇ ਤੁਸੀਂ ਸਾਰ ਹੋ ਮੇਰੀ ਕਹਾਣੀ ਦਾ ਮੈਂ ਲੋਕੋ ਕੁਝ ਵੀ ਨਹੀਂ ਤੁਸੀਂ ਸਾਰ ਹੋ ਮੇਰੇ ਕਹਾਣੀ ਦਾ ਤੁਸੀਂ ਮੇਰੇ ਲਈ 5 ਦਰਿਆਵਾਂ ਵਰਗੇ ਤੇ ਮੈਂ ਤਾਂ ਇੱਕ ਤੁਬਕਾ ਹਾਂ ਪਾਣੀ ਦਾ ਤੁਸੀਂ ਮੇਰੇ ਲਈ 5 ਦਰਿਆਵਾਂ ਵਰਗੇ ਤੇ ਮੈਂ ਇੱਕ ਤੁਬਕਾ ਹਾਂ ਪਾਣੀ ਦਾ ਲਓ ਪਿੰਡਰਾਂ ਵਾਲਾ ਫੇਰ ਨੌਜਵਾਨ ਕੋਸ਼ਿਸ਼ ਕਰਦਾ ਹੈ ਇਹਦੇ ਸਟੂਡੀਓ ਵਾਲਾ ਵੀਰ ਦੀ ਕਬੱਡੀਆਂ ਤੇ ਜੱਫਿਆਂ ਵੇਖੀ ਬਾਈ ਉਹ ਤੇਰਾ ਕੈਮਰਾ ਫੋੜ ਨਹੀਂਗਾ ਸਾਨਾਂ ਦੇ ਭੇੜ ਚ ਆਮ ਬੰਦੇ ਦਾ ਕੁਛ ਨਹੀਂ ਬਣਦਾ ਗਾ ਨਾਲੇ ਸਾਡੇ ਤੋਂ ਤਾਂ ਪੰਡਤਾਂ ਨੂੰ ਕੌਡੀ ਤੋਂ ਹੀ ਡਰ ਲੱਗਦਾ ਮਾਰ ਦੇ ਤਾਲੀਆਂ ਬਾਈ ਪੁਆਇੰਟ ਫੇਰ ਜਿਹੜਾ ਜਾਫੀ ਦੇ ਖਾਤੇ ਦੇ ਵਿੱਚ ਚੱਲ ਸ਼ਕੀਲਾ ਆਉਣਾ ਫੇਰ ਨੌਜਵਾਨ ਅਗਲੀ ਕਬੱਡੀ ਦੇ ਲਈ ਰੇਡ ਕਰਦਾ ਹੋਇਆ ਕਹਿੰਦੇ ਪੁੱਤ ਬਰਾੜਾ ਦਾ ਵੀ ਜੀ ਦਾ ਪਿੰਡ ਸੀ ਬਾਜਾ ਖਾਨਾ ਬਾਗੋ ਕਹਿ ਗਿਆ ਕਾਲੇ ਨੂੰ ਅੱਜ ਨੇ ਛੱਡਣਾ ਕੋਈ ਜਵਾਨਾ ਬਈ ਬਾਗਾ ਹੈ ਮਲਕਿਆਂ ਦਾ ਲਾਉਂਦਾ ਜੱਫੇ ਗਰਮੀ ਖਾ ਕੇ ਆਸਿੰਗ ਫਸ ਕੇ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੋਡੀ ਲਾ ਕੇ ਲਾਓ ਉਧਰ ਬਾਜੀ ਨੌਜਵਾਨ ਜੱਫਾ ਲਾਉਣ ਦੀ ਕਰਦਾ ਹੋਇਆ ਪੂਰੀ ਕੋਸ਼ਿਸ਼ ਭਰਿਆ ਕੀਤਾ ਹੋਇਆ ਕੈਚ ਲੈ ਫੇਰ ਜੱਫੇ ਦਾ ਨਿਕਲਿਆ ਵਾਹ ਕਾਕਾ ਲਾ ਦੇ ਨਾਕਾ ਬਣ ਜਾ ਝਾਫਾ ਜਾ ਕਾਕਾ ਆਉ ਜਾਂਦਾ ਤੇਰਾ ਚਾਚਾ ਚੱਲ ਬਿੰਦਰ ਜੋਤੀ ਨੌਜਵਾਨ ਫੇਰ ਰੇਡ ਕਰਦਾ ਹੋਇਆ ਜੋਤੀ ਦੀ ਪੈਂਦੀ ਹੋਈ ਕਬੱਡੀ ਭੰਗੜੇ ਦੇ ਮੋਹਰੀ ਅਲ ਵੇਲੇ ਖੇਡਾਂ ਦੀ ਸੱਚੀ ਜਿੰਦ ਜਾਨ ਨੇ ਸਿੱਧੂ ਵਾਂਗੂ ਸਾਰੇ ਹੀ ਸਿਫਤੇ ਇਹਨਾਂ ਦੀ ਕਰਦੇ ਬਿਆਨ ਨੇ ਕੰਨਾਂ ਹੁੱਤੇ ਹੱਥ ਲੱਕ ਹੇਕਾ ਲਾਉਣ ਜਾਣਦੇ ਵੀ ਗੱਭਰੂ ਪੰਜਾਬ ਦੇ ਤੇ ਤਾਉਣੇ ਉੱਚੀ ਕਰਕੇ ਜੇ ਆਉਣਾ ਜਾਣਦੇ ਵੀ ਗੱਭਰੂ ਪੰਜਾਬ ਦੇ ਲਓ ਉਧਰ ਨੌਜਵਾਨ ਹਲਕਾ ਜਿਹਾ ਸਰੀਰ ਛੋਟੀ ਜਿਹੀ ਉਮਰ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਪਾਲੀ ਪਾਲੀ ਆਵੇ ਕੜਾ ਲੈਣ ਮੁੰਡੇ ਉੱਠੇ ਉੱਠੇ ਬਹਿਣ ਤੇ ਸਾਰੇ ਇੱਕ ਦੂਜੇ ਨੂੰ ਕਹਿਣ ਕਿ ਹੀਰੇ ਆਈ ਕਿਹਨਾਂ ਦੇ ਘਰੇ ਪਾਲੀ ਪਾਣੀ ਖੂਹ ਤੋਂ ਭਰੇ ਪਰੇ ਪੁਆਇੰਟਾਂ ਵਾਲਾ ਖੂਹ ਭਰ ਰਿਹਾ ਨੌਜਵਾਨ ਪੈਂਦੇ ਹੋਈ ਕਬੱਡੀ ਪਾਲੀ ਦੇ ਲਈ ਸਰਨ ਸਿੰਘ ਦੀ ਸਿਵੀਆਂ 100 ਰੁਪਏ ਦੇ ਨਾਲ ਹੀ ਸਰਨ ਸਿੰਘ ਜੀ ਸਿਵੀਆਂ 100 ਰੁਪਇਆ ਪਾਲੀ ਦੇ ਜੱਫੇ ਤੋਂ ਖੁਸ਼ ਹੋ ਕੇ ਦੇ ਰਹੇ ਨੇ ਬਹੁਤ ਮਿਹਰਬਾਨ ਜੀ ਆ ਨਾਲ ਹੀ ਪੱਪੀ ਜੀ ਕਾਰ ਬਾਜ਼ਾਰ ਵਾਲੇ ਇਹ ਵੀ ਵੱਡਾ ਮਾਣ ਕਰ ਰਹੇ ਨੇ ਗੁਰਫਾਨ ਕਾਰ ਬਾਜ਼ਾਰ ਵਾਲੇ ਵੱਡਾ ਮਾਣ ਕਰ ਰਹੇ 100 ਰੁਪਏ ਦਾ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਧੰਨਵਾਦ ਸਿਵੀਆ ਸਾਹਿਬ ਤੇ ਗੁਰਫਾਨ ਕਾਰ ਬਾਜ਼ਾਰ ਵਾਲੇ ਵੱਡਾ ਮਾਣ ਕਰ ਰਹੇ ਪੱਪੀ ਜੀ ਔਗਰ ਤੇ ਜੀਰਾ ਦੋਨੇ ਟੀਮਾਂ ਛੇਤੀ ਆ ਜਾਣ ਔਗਰ ਤੇ ਜੀਰਾ ਇਹ ਦੋਨੇ ਟੀਮਾਂ ਵੀ ਜਲਦੀ ਗਰਾਊਂਡ ਦੇ ਵਿੱਚ ਪਹੁੰਚਣ ਆਵੇ ਸੁਣਿਆ ਪਾ ਕਬੱਡੀ ਲਾਵੇ ਦੇ ਡਾਲੇ ਵਾਲਾ ਨੌਜਵਾਨ ਲਾਵੇ ਜੋਗਾ ਜੋਗਾ ਪਾਉਂਦਾ ਹੈ ਕਬੱਡੀ ਔਗੜ ਤੇ ਜੀਰੇ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਔਗੜ ਤੇ ਜੀਰਾ ਇਹ ਦੋਨੇ ਟੀਮਾਂ ਤਿਆਰ ਰਹਿਣ
ਤਾਂ ਉਹ ਵੀ ਜੋਗੇ ਦੀ ਪੈਂਦੀ ਹੋਈ ਕਬੱਡੀ ਤੇ ਸਾਹਮਣੇ ਪਾਲੀ ਤੇ ਕਹਿੰਦੇ ਬਈ ਪਿੰਡਰਾਂ ਦੀ ਧਰਤੀ ਦਾ ਨੌਜਵਾਨ ਖੜਾ ਪਾਲੀ ਫੇਰ ਕੋਸ਼ਿਸ਼ ਕਰਦਾ ਹੋਇਆ ਨੌਜਵਾਨ ਲਓ ਬਈ ਲੱਗਦਾ ਕੱਟੇ ਨੇ ਸਾਂ ਢਾ ਲਿਆ ਵਾਹ ਜੀ ਵਾਹ ਪਾਲੀ ਅਜੇ ਸ਼ਰਮਾ ਜੀ ਭਗਤਾਂ ਰਾਹ ਭਗਤਾਂ ਕੰਪਨੀਆਂ ਲਈ ਵੱਡਾ ਮਾਣ ਦੇ ਰਹੇ ਨੇ 100 ਰੁਪਏ ਦਾ ਅਜੇ ਕੁਮਾਰ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਹਾਂ ਬਹੁਤ ਬਹੁਤ ਧੰਨਵਾਦ ਜੀ ਪਾਲੀ ਪਾਣੀ ਖੂਤ ਨੀਲੇ ਕੱਛੇ ਵਾਲਾ ਪਾਲੀ ਜੀ ਨੇ ਜੱਫਾ ਲਾਇਆ ਬਹੁਤ ਮਿਹਰਬਾਨੀ ਬਾਬਾ ਪੂਰਨ ਸਿੰਘ ਜੀ ਨੰਬਰਦਾਰ ਸਾਹਿਬ ਵੱਡਾ ਮਾਣ ਦੇ ਰਹੇ ਨੇ ਪਾਲੀ ਦੇ ਲਈ ਜੀ ਨੀਲੇ ਕੱਛੇ ਵਾਲਾ ਪਾਲੀ ਜਿਹੜਾ ਆਪਣੇ ਮੋਗੇ ਸ਼ਹਿਰ ਵਾਲਾ ਵੱਡਾ ਮਾਣ ਦੇ ਰਹੇ ਨੇ 100 ਰੁਪਏ ਦਾ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਸਾਰੇ ਦਾਨੀ ਸੱਜਣਾ ਦਾ 100 ਰੁਪਇਆ ਸੁਭਾਸ਼ ਸੂਦ ਜੀ ਦੇ ਰਹੇ ਨੇ ਆ ਪਾਲੀ ਨੀਲੇ ਕੱਛੇ ਵਾਲੇ ਨੂੰ ਬਹੁਤ ਮਿਹਰਬਾਨੀ ਜੀ ਧੰਨਵਾਦ ਸੁਭਾਸ਼ ਸੂਦ ਸਾਹਿਬ ਵੱਡਾ ਮਾਣ ਕਰ ਰਹੇ ਨੇ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਹੈਲੋ ਆਵੇ ਸੁਣਿਆ ਜੋਗਿਆ ਕਬੱਡੀ ਲਾਵੇ ਤੇ ਗੱਭਰੂ ਚੱਲਿਆ ਨਵਾਂ ਕਬੱਡੀ ਕਹਿੰਦੇ ਹਰ ਇੱਕ ਮੁੰਡੇ ਤੇ ਜਵਾਨੀ ਪੂਰੀ ਆ ਬਈ ਕੱਲੇ ਕੱਲੇ ਇੱਕ ਇੱਕ ਚੁੰਗੀ ਪੂਰੀ ਆ ਸਰੋਂ ਜਿਹੇ ਕੱਦ ਡੌਲੇ ਨੇ ਫਲਾਦ ਜਾਏ ਬਈ ਖੇਡਣ ਕਬੱਡੀ ਮੁੰਡੇ ਗੱਭਰੂ ਪੰਜਾਬ ਦੇ ਤੇ ਖੇਡਦੇ ਕਬੱਡੀ ਮੁੰਡੇ ਗੱਭਰੂ ਪੰਜਾਬ ਦੇ ਲਓ ਉਧਰੋਂ ਸੋਹਣਾ ਨੌਜਵਾਨ ਲਾਉਣ ਦੀ ਕੋਸ਼ਿਸ਼ ਕਰਦਾ ਜੱਫਾ ਮੋਗੇ ਵਾਲਾ ਦੇਖੋ ਕੀ ਬਣਦਾ ਤੇ ਕੀ ਜੁੜਦਾ ਰੇਡਰ ਰਹਿੰਦਾ ਜਾਂ ਮੁੜਦਾ ਪਤਾ ਹੁਣੇ ਲੱਗ ਜਾਣਾ 30 ਸਕਿੰਟਾਂ ਦਾ ਸਮਾਂ ਲਓ ਫੇਰ ਪੂਰੀ ਕੋਸ਼ਿਸ਼ ਮਾਰੋ ਤਾਰੀਆਂ ਵੀ ਦਰਸ਼ਕਿੰਗ ਰੋ ਬਈ ਆਹਾ ਕ੍ਰਾਂਤੀ ਬੱਲੇ ਬੱਲੇ ਗੱਭਰੂ ਨੇ ਬੱਲੇ ਬੱਲੇ ਹੁੰਦੀ ਗੱਭਰੂ ਦਲੇਰਾਂ ਦੀ ਖੇਡਾ ਕਬੱਡੀ ਮਾਂ ਦੇ ਬੱਬਰ ਸ਼ੇਰਾਂ ਦੀ ਬੱਲੇ ਬੱਲੇ ਕ੍ਰਾਂਤੀ ਮੁੰਡੇ ਨੇ ਜੱਫਾ ਲਾ ਕੇ ਧੰਨ ਧਰ ਹੋਣ ਵਾਲੀ ਗੱਲ ਆ ਜੀ ਕਬੱਡੀ ਵਿੱਚ ਬੱਲੇ ਬੱਲੇ ਆ ਅੱਜ ਮੋਗੇ ਸ਼ਹਿਰ ਵਾਲਿਆਂ ਦੀ ਮੋਗੇ ਵਾਲੇ ਮੈਚ ਚੰਗਾ ਲੱਗਾ ਤਾਲੀ ਮਾਰ ਦਿਓ ਇੱਕ ਵਾਰੀ ਹਰੇ ਕੱਛੇ ਵਾਲਾ ਦਿਖੀ ਜਾਂਦਾ ਸਾਰਿਆਂ ਨੂੰ ਨਾਮ ਆਪਣਾ ਹਰੇ ਕੱਛੇ ਵਾਲਾ ਮੁੰਡਾ ਖੈਰਾ ਵਾਹ ਜੀ ਵਾਹ ਹੁਣ ਆਈ ਨਾ ਗੱਲ ਸਾਹਮਣੇ 20 ਪੁਆਇੰਟ ਨੇ ਮੋਗੇ ਦੇ ਇਡਾਰੇ ਦੇ ਪੁਆਇੰਟ 8 ਵਾਹ ਜੀ ਵਾਹ ਤਾਲੀ ਮਾਰ ਦਿਓ ਜੀ ਆਪਣੇ ਮੋਗੇ ਟੀਮ ਦੀ ਜਿੱਤ ਚੁੱਕੀ ਹੈ ਮੁਕਾਬਲਾ ਮੋਗਾ ਟੀਮ ਜਿਹੜੀ ਆ ਮੁਕਾਬਲਾ ਜਿੱਤ ਚੁੱਕੀ ਹੈ ਤੇ ਪੈਸੇ ਲੈ ਕੇ ਪਾਲੀ ਮੇਰੇ ਜਿਹੜਾ ਆ ਕੇ ਨਾਲ ਭਿੰਡਰਾਂ ਦਾ 200 ਰੁਪਇਆ ਬਾਕੀ ਪੈਸੇ ਪਾਲੀ ਦੇ ਆ ਕੇ ਪੈਸੇ ਲੈ ਜਾਓ ਗਰਾਊਂਡ ਵਿੱਚ ਬਹੁਤ ਮਿਹਰਬਾਨੀ ਇੱਕ ਵਾਰੀ ਨਿਮੇ ਪ੍ਰਬੰਧਕ ਕਮੇਟੀ ਨਾਂ ਦੇ ਵੀ ਤਾਲੀ ਮਾਰ ਦਿਓ ਬਈ ਹਾਂ ਬਹੁਤ ਧੰਨਵਾਦ ਜੀ ਥੋੜੀ ਜੀ ਹਜੇ ਮੈਂ ਦੱਸਦਾ ਵੀ ਜਗ੍ਹਾ ਦੀ ਪ੍ਰੋਬਲਮ ਹੈ ਜੇ ਕਿਤੇ ਸੋਲਵ ਹੋ ਗਈ ਫਿਰ ਇੱਥੇ ਸਟੇਡੀਅਮ ਬਣ ਜਾਣਾ ਬਾਈ